ना तू रोकेगा मेनू? हाँ ना के रहा है, रोकूंगा। रोटी बेबे बस आ भांडे रह जा पुत्ता, मैं तेरे आ बेबे पहला। सुखपाल गोभी बहुत स्वाद बनी सी। अच्छा बेबे जैसा कहना तो एक दिन साग बना लो, कहना कई दिन हो गए खादा नहीं। कल नु सही बेबे, कल नु तोर लेंगे अपन, कल नु तोड़ लेऊंगी मैं। कल नु तोड़ ले ही, ओ दादा छोटा थी, हुन तो हो गया हो बाबा। हां बेबे हुन तो बाबा हो गया हो, कई दिन हो गए अपन लेंदे नु। जैसे तो खा ली सी रोटी? हां खा ली थी बेबे। सब्जी बहुत स्वाद सी गोभी दी, है ना? हाँ बेबे स्वाद सी गोभी, बहुत स्वाद बनी है। मैं सुखपाल नु कहे था, मैं जस्सा कहंदा थी साग बना लो, सुखपाल कहंदी कल नु बना लांगे। होर बेबे जी जे बड़ा करी जांदे साग नु, ते हुन कई दिन हो गए ना खादा नहीं। हाँ जाऊगी तोड़न, कहंदी ते ए तोड़ लेऊगी, हुन ता बाबा हो गया हु, ओदे ता बाला छोटा छोटा थी। हाँ 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 मैं ता मानसा जाने नाले तोड़ लेऊगी ता। हाँ तोड़ लेऊगी पुत्त। होर चंगा मेरा तो पुत एक ही सूट है कुर्सी ते पे अंदर धोने वाला। अच्छा चक दी मैं। ले बेबे मैं ले आवा फिर साग। चल पुत मैं चलना। ना बेबे मैं हुन तोड़ लेऊंगी। पोणा तो हैगा। पोणा ले जी। हां हां पोणा मेरे चक लिया। थोड़ा थोड़ा सारा सामान ले आई। हां हां सारा सामान ले आऊंगी। साग दे आपा मैं दो चीरनिया होना। ना कोई गल नहीं ले आऊंगी मैं। चंगा फिर ऐ धरदे हुन भी टाइम लग जाना। होर पुत दिन छोटे ने। मारना पेंदा। ਲਮਨ ਤਾਂ ਐਤੀ ਵਾਹਵਾ ਹੋ ਗਿਆ ਹੋਣਾ ਸਾਗ, ਪੱਤਰੇ ਜੇ ਦੀ ਹੈ। ਚੱਲ ਦੇਖਦੀ ਹਾਂ ਤੋੜੇ ਲੈਂਦੀ ਹਾਂ। ਖੇਚਲਾ ਤਾਂ ਕਰਾਂਗੇ ਕਰਨ ਦੀ, ਸਾਗ ਪੱਤਰੇ ਦਾ ਸਾਗ ਹੈ ਸਾਰਾ, ਸਵਾਦ ਵੀ ਨਹੀਂ ਬਣਨਾ ਹੈਗਾ ਇੰਨਾ। ਹੋਰ ਸਮਾਨ ਤਾਂ ਚੱਲ ਸਾਰਾ ਹੋਇਆ ਪਿਆ। ਉਹ ਭਾਜਣੋਂ ਤਾਂ ਹੀ ਕੀ ਲੱਗਦਾ, ਗੰਦਲ ਦਾ ਸਾਗ ਲੱਗਦਾ ਵਲਾਈ ਵਧੀਆ। ਚਲ ਉੱਥੇ ਜਾਂਦੀ ਹਾਂ ਹੁਣ ਤੋੜ ਲਿਆਉਂਗੀ, ਕਿਹੜਾ ਟਾਈਮ ਲੱਗੂਗਾ। ਹੋਰ ਆਹ ਦੋ ਚੀਰਨੀ ਤੋੜਨੀ ਮੈਂ ਤਾਂ, ਕਿਹੜਾ ਵਾਲਾ ਤੋੜਨਾ, ਸਮਾਨ ਤਾਂ ਘਰੇ ਬਥੇਰਾ ਖੜੇ। ਹੋਰ ਹੁਣ ਤੋੜ ਲਿਆਉਣੀ ਆ, 5 ਮਿੰਟ ਲੱਗਣਗੇ। ਬਾਣ ਤਾਂ ਗਿੱਲਾ ਪੈਰ ਮਾਈ ਹੋਈ ਹੈ। ਚੱਲ ਹੌਲੀ ਹੌਲੀ ਤੋੜ ਲੂੰਗੀ, ਦੋ ਚੀਰਨੀਆਂ ਦਾ ਕੀ ਹੈ, ਤੋੜ ਲੂੰਗੀ। ਸਰੋਂ ਵੀ ਦੂਜੀ ਹੈ ਇਹਨਾਂ ਦੀ ਤਾਂ। ਸਾਗ ਕਿਹੜੀ ਤੁੜੀ ਜਾਂਦੀ ਯਾਰ, ਦਿਨ ਦਿਹਾੜੀ ਡਾਕਾ ਲੈ, ਕਮਾਲ ਹੋ ਗਈ ਯਾਰ। ਮੈਨੂੰ ਤਾਂ ਐਂ ਲੱਗਦਾ ਯਾਰ ਤੇਜੇ ਦੇ ਘਰ ਨਾ ਯਾਰ ਕਮਾਲ ਹੀ ਹੋ ਪਈ ਹੈ ਯਾਰ। ਚੰਗਾ ਭਲਾ ਇਹਨਾਂ ਦਾ ਸਾਗ ਹੈਗਾ ਯਾਰ, ਇੱਥੇ ਆ ਕੇ ਚੁੰਬੜ ਗਈ। ਐਂ ਬਣਾ ਰੱਖਿਆ ਸਰਕਾਰੀ ਖਾਤਾ ਵੀ ਲੋਕਾਂ ਵਾਸਤੇ ਹੈ, ਕੋਈ ਮਰਜ਼ੀ ਲੈ ਜਾਓ, ਕਮਾਲ ਹੋ ਗਈ ਯਾਰ ਇਹ। ਹੈਲੋ ਮੈਂ ਭਾਬੀ ਐਂ ਸਾਗ ਨੂੰ ਆ ਕੇ ਚੁੰਬੜ ਗਈ ਹੈ, ਕੋਈ ਗੱਲ ਹੈ ਜੀ? ਬਾਈ ਸਾਡੇ ਸਾਗ ਪੱਤਰੇ ਆ ਤੀ, ਮੈਂ ਤਾਂ ਤੁਹਾਡੇ ਰਹਿਣਾ ਵੀ ਮੇਰੀ ਨਿਗਾਹ ਵੱਜ ਗਈ, ਮੈਂ ਹਤਾਈ ਕਿਹੜੇ ਹੋਣੀ ਆ ਸਾਗ, ਚੱਲ ਗੰਦਲ ਦਾ ਖੜੇ ਵਧੀਆ। ਲੈ ਪੱਤਰੇ ਦਾ ਸੀ ਇਹਦਾ ਮਤਲਬ, ਐਂ ਤਾਂ ਨਹੀਂ ਸਾਡੇ ਆ ਕੇ ਚੋਰੀਆਂ ਤੋੜਨ ਲੱਗ ਜੇ ਤੂੰ। ਲੈ ਦੱਸ ਕਮਾਲ ਕਰੀ ਜਾਂਦਾ ਬਾਈ ਤੂੰ, ਚੋਰੀ ਵਾਲੀ ਚ ਕਿਹੜੀ ਗੱਲ ਹੈ ਭਲਾ? ਚੋਰੀ ਵਾਲੀ ਗੱਲ ਕਿਉਂ ਨਹੀਂ, ਮੈਂ ਤਾਂ ਮੌਕੇ ਤੇ ਕੁਦਰਤੀ ਗੇੜਾ ਮਾਰਨ ਆ ਗਿਆ। ਤੂੰ ਤਾਂ ਨਾਲ ਸਾਗ ਤਾਂ ਲਿਆਣਾ ਸੀ, ਨਾਲ ਗੋਭੀ ਦੇ ਹੱਥ ਮਾਰਦੀ। ਮੈਨੂੰ ਕੀ ਲੋੜ ਆ ਬਾਈ ਗੋਭੀ ਚ ਹੱਥ ਮਾਰਨ ਦੀ, ਗੋਭੀ ਸਾਡੇ ਥੋੜੀ ਖੜੀ ਹੈ ਬਾੜੀ ਦੇ ਵਿੱਚ, ਸਾਰਾ ਚੀਜ਼ ਖੜੀ ਹੈ ਬਾਈ, ਇਕੱਲਾ ਸਾਗ ਨਹੀਂ ਤੀਗਾ, ਸਾਗ ਪੱਤਰੇ ਤਾਂ ਕਰਕੇ ਲੈਣ ਆ ਗਈ ਮੈਂ। ਤੂੰ ਕੁੱਤੇ ਭਕਾਈ ਕੀ ਮਾਰੀ ਜਾਂਦਾ, ਮੈਂ ਤੈਨੂੰ ਚੋਰ ਦੀ ਨਹੀਂ ਹੈ ਭਲਾ। ਤੇ ਭਕਾਈ ਵਾਲੀ ਕੀ ਗੱਲ ਹੈ, ਚੋਰ ਨਹੀਂ ਹੈ ਤੂੰ, ਤੈਨੂੰ ਤਾਂ ਖੇਚ ਬੜੀ ਹੈ, ਲੈ ਕੇ ਤਾਂ ਜਾਏਂਗੀ ਡੁੱਕ ਕੇ ਕੁਛ ਨਾ ਕੁਛ, ਚੱਕ ਕੇ ਉਹਨੂੰ ਸਾਗ ਚ ਵੜ ਗਈ। ਪਰਸੋਂ ਮੰਦਰ ਫਿਰੇ ਇੱਥੇ ਤੋੜਦਾ, ਅਸੀਂ ਵੇਚਣਾ ਹੁੰਦਾ, ਅਸੀਂ ਵੀ ਕੁਛ ਵੱਟਣਾ ਹੈ, ਪੈਸੇ ਲਾਏ ਤੇ ਵਿਜਣ ਤੇ। ਲੈ ਵੇਚਣਾ ਹੁੰਦਾ ਆਹ ਦੋ ਚੀਰਨੀਆਂ ਨਾਲ ਬਾਈ, ਤੇਰਾ ਖੇਤ ਖਾਲੀ ਨਹੀਂ ਹੋਣ ਲੱਗਿਆ। ਲੈ ਬਾਈ ਤੂੰ ਤਾਂ ਐਂ ਗੱਲਾਂ ਕਰਦਾ ਜਿਵੇਂ ਕੋਈ ਟਰਾਲੀ ਭਰ ਕੇ ਲੈ ਗਈ ਮੈਂ ਸਾਗ ਦੀ। ਟਰਾਲੀ ਵਾਲੀ ਗੱਲ ਨਹੀਂ, ਚਾਹੇ ਦੋ ਚੀਰਨੀਆਂ ਨੇ, ਚੋਰੀ ਕਿਵੇਂ ਕਰ ਲੂ ਮੇਰੇ ਖੇਤ ਕੋਈ। ਚੱਲ ਬਾਈ ਤੂੰ ਐਂ ਕਰ, ਪੈਸੇ ਦੱਸ ਮੈਨੂੰ ਸਾਗ ਦੇ ਤੇਰੇ ਦੇ ਕਿੰਨੇ ਬਣ ਗਏ, ਕੋਈ ਨਾ ਤੇਰੇ ਘਰੇ ਪੈਸੇ ਪਹੁੰਚਦੇ ਹੋ ਜਾਣਗੇ ਬਾਈ, ਕੋਈ ਗੱਲ ਨਹੀਂ। ਕਮਾਲ ਹੋ ਗਈ ਭਾਬੀ, ਪੈਸੇ ਪੂਸੇ ਵਾਲੀ ਗੱਲ ਨਹੀਂ ਕੋਈ ਹੈਗੀ, ਮੇਰਾ ਸਾਗ ਉਹ ਧਰ ਜਾ ਭਾਈ। ਜਦੋਂ ਹੁਣ ਚੋਰੀ ਫੜ ਲਈ ਫਿਰ ਕਹਿੰਦੀ ਪੈਸੇ ਦੱਸ ਕਿੰਨੇ ਆ। ਲੈ ਬਾਈ ਕਮਾਲ ਹੋ ਗਈ ਤੇਰੇ ਕਰੀਓ, ਹੁਣ ਮੈਂ ਸਾਗ ਤੋੜ ਲਿਆ ਬਾਈ ਦੋ ਚੀਰਨੀਆਂ, ਹੁਣ ਤਾਂ ਮੈਂ ਲੈ ਕੇ ਜਾਊਂਗੀ, ਜਿਹੜੇ ਪੈਸੇ ਤੇਰੇ ਬਣਦੇ ਨੇ ਬਾਈ ਸਾਗ ਦਾ ਮੁੱਲ ਹੈ ਉਹ ਤੈਨੂੰ ਦੇ ਜਾਂਗੇ ਖਰੇ। ਬਾਈ ਮਾੜਾ ਮੋਟਾ ਮੂੰਹ ਮੱਥਾ ਵੀ ਰੱਖਣਾ ਚਾਹੀਦਾ ਅਗਲੇ ਦਾ, ਆਖਰ ਨੂੰ ਅਸੀਂ ਪਿੰਡ ਦੇ ਬੰਦੇ ਆ। ਲੈ ਪਿੰਡ ਦੇ ਬੰਦੇ, ਪਿੰਡ ਤਾਂ ਸਾਰੀ ਹੈ, ਸਪੀਕਰ ਤੇ ਅਨਾਉਂਸਮੈਂਟ ਕਰਾਇਆ ਨਾ ਵੀ ਸਾਡੇ ਸਾਗ ਲੈ ਜਾਓ, ਅਸੀਂ ਭੁੱਖੇ ਮਰਨਾ। ਚੱਲ ਕੋਈ ਗੱਲ ਨਹੀਂ ਬਾਈ, ਭੁੱਖੇ ਮਰਨਾ ਇਹ 'ਚ ਕਿਹੜੀ ਗੱਲ ਹੈਗੀ, ਕੋਈ ਨਾ ਤੈਨੂੰ ਪੈਸੇ ਮਿਲ ਜਾਣਗੇ ਬਾਈ ਤੇਰੇ। ਨਾ ਨਾ ਭਾਬੀ ਪੈਸੇ ਨਹੀਂ ਮੇਰੇ, ਤਾਂ ਤੂੰ ਸਾਗ ਰੱਖ ਦੇ ਇੱਥੇ। ਸਾਗ ਤਾਂ ਨਹੀਂ ਬਾਈ ਮੈਂ ਰੱਖ ਕੇ ਜਾਂਦੀ, ਜਿਹੜਾ ਹੁਣ ਤੋੜ ਲਿਆ, ਤੂੰ ਪੈਸੇ ਦੱਸ ਦੇ ਦੇ ਕਿੰਨੇ। ਕਮਾਲ ਹੋ ਗਈ ਯਾਰ, ਸਾਗ ਰੱਖ ਦੇ ਇੱਥੇ ਬੰਦਿਆਂ ਵਾਂਗੂ। ਨਾ ਨਾ ਸਾਗ ਨਹੀਂ ਰੱਖਦੀ ਬਾਈ ਮੈਂ। ਨਾ ਐ ਫਿਰ ਤੂੰ ਕਿਵੇਂ ਲਈ ਜ਼ਮੀਰਦਾਰ ਨਹੀਂ ਵੱਡੀ। ਨਾ ਤੂੰ ਰੋਕੇਗਾ ਮੈਨੂੰ? ਹਾਂ ਨਾ ਕਿ ਰਾਏ ਰੋਕੂਗਾ। ਖੜ ਜਾਵੇ ਫਿਰ, ਤੈਨੂੰ ਮੈਂ ਦਿੰਨੀ ਆ ਪਤਾ, ਤਲੰਗਿਆ ਜਾ, ਐ ਬੋਲੇਗਾ ਤੂੰ ਸਾਗ ਮਾਰਨ ਵਾਲੀ ਕੀ ਗੱਲ ਹੈ, ਉਹ ਗੱਲ ਬੱਲੇ ਕੋਈ ਐਂ ਤਰ੍ਹਾਂ ਨਹੀਂ ਸਾਗ, ਐਂ ਤਰ੍ਹਾਂ ਨਹੀਂ।
तेन माड़ी मतलब होनी चाहिए गलती होगी ला जा ਜੇ ਸਾਡੇ ਪੱਤਰੇ ਸਾਗ ਤੇ ਤਾਂ ਆ ਗਈ ਇੱਥੇ ਲੈਣ ਵਿੱਚ ਵਧੀਆ ਸਾਗ ਲੱਗਾ ਹੋ ਗਈ ਗਲਤੀ ਦਾ ਗਲਤੀ ਹੋ ਗਈ ਮੈਂ ਤੁਹਾਨੂੰ ਹੱਥ ਬੰਨਦਾ ਹੋ ਗਈ ਗਲਤੀ ਅੱਜ ਖੋਣਾ ਨਹੀਂ ਕਰਨੀਆਂ ਕੀ ਖਾਸ ਗਲਤੀ ਦੋ ਚੀਰਨੀਆਂ ਦੀ ਤੂੰ ਲੈ ਜਾ ਆਪਦਾ ਤੂੰ ਸਾਡੇ ਚਾ
ਮੈਨੂੰ ਕੋਈ ਗੱਲ ਨਹੀਂ ਕਹਿਣਾ ਵੀ ਮਾਰ ਦੀ ਉਤੋਂ ਕੋਈ ਗੱਲ ਨਹੀਂ ਜੇ ਵੇਚ ਦਿਓ ਮੁੱਲ ਪੈਸੇ ਲੈ ਲਈ ਤੂੰ ਪੈਸਿਆਂ ਤੇ ਵੀ ਨਹੀਂ ਮੰਨਦਾ ਮੈਂ ਤਾਂ ਇੱਥੇ ਤਰ੍ਹਾਂ ਕਹਿੰਦਾ ਆ ਜਾ ਤਲੰਗਾ ਜਾਣਾ ਹੋਵੇ ਕਿਤੇ ਮਸੀ ਐਕਟਰ ਕਹੂੰ ਦਾ ਲੈ ਕੇ ਟੋਪੀ ਜੀ ਵੀ ਦੋ ਚੀਰਨੀਆਂ ਦਾ ਸਨ ਫਾਹ ਪੈ ਗਿਆ ਕੋਈ ਗੱਲ ਨਹੀਂ ਇਹਦਾ ਹਿਸਾਬ ਵੀ ਹੋਊਗਾ ਹਜੇ ਕਹਿੰਦਾ ਜਾਂਦੀ ਜਾਂਦੀ ਗੋਭੀ ਚ ਵੀ ਹੱਥ ਮਾਰੇਗੀ ਵੀ ਮੈਨੂੰ ਪਤਾ ਨਹੀਂ ਸੀ ਪਹਿਲਾਂ ਤੁਸੀਂ ਸਬਜ਼ੀ ਵੇਚਦੇ ਹੋ ਚਲ ਵੀ ਵੇਚਣ ਦਾ ਮੁੱਲ ਵੀ ਦੇਈ ਜਾਂਦੇ ਆ ਵੀ ਜੇ ਲੈ ਨਹੀਂ ਭਾਈ ਕੋਈ ਨਾ ਜਿੰਨੇ ਪੈਸੇ ਬਣਦੇ ਨੇ ਗੋਭੀ ਦੱਸ ਸੀਗਾ ਸੀ ਕਿ ਅੱਗ ਲਾਉਣੀ ਹੈ ਦੇਸਾਂ ਦੀ ਗੋਭੀ ਖੜੀ ਹੈ ਸਾਡੇ ਘਰੇ ਲੈ ਆਈ ਪੁੱਤ ਸਾਗ ਲਾ ਸਮਾਰ ਲਈਏ ਬੇਬੇ ਕਾਹਦਾ ਸਮਾਰ ਗਏ ਲੈ ਆਈ ਸਾਗ ਤਾਂ ਮੈਂ ਹੋਰ ਹੀ ਪੰਗਾ ਪੈ ਗਿਆ ਤੇ ਤਾਂ ਕੁੜਾ ਕਾਹਦਾ ਕੀ ਗੱਲ ਹੋ ਗਈ ਕਾਹਦੀ ਗੱਲ ਹੋਣੀ ਸੀ ਬੇਬੇ ਜਦੋਂ ਮੈਂ ਆਪਣੇ ਖੇਤ ਗਈ ਆਪਣੇ ਤਾਂ ਪੱਤਰੇ ਦਾ ਸਾਗ ਹੈ ਜੇ ਤਾਂ ਮੈਨੂੰ ਤਾਂ ਇਤੀ ਗੰਦਰ ਬਣ ਗਈ ਹੋਣੀ ਕਿਤੇ ਆਪਣੇ ਕਈ ਦਿਨ ਹੋ ਗਏ ਬੀਜੀ ਨੂੰ ਵੀ ਚਲੋ ਉਦੋਂ ਤਾਂ ਪੱਤਰੇ ਆਤੇ ਜਦੋਂ ਆਪਾਂ ਪਹਿਲਾਂ ਤੋੜ ਕੇ ਰਹੇ ਤੇ ਮੇਰੀ ਇੱਥੇ ਖੜੀ ਖੜੀ ਤੇ ਆਪਣੇ ਖੇਤ ਭੱਜਣ ਤਾਂ ਇੱਕ ਖੇਤ ਨਿਗਾ ਪੈ ਗਈ ਉਹਨਾਂ ਦਾ ਸਾਗ ਵਧੀਆ ਲੱਗਿਆ ਮੈਨੂੰ ਮੈਂ ਚਲੋ ਉਹਨਾਂ ਨੂੰ ਤੋੜ ਲਿਆਉਣੀਆਂ ਜਦੋਂ ਮੈਂ ਬੜੀ ਖੇਤ ਦੇ ਵਿੱਚ ਸਾਗ ਤੋੜਨ ਲੱਗੀ ਆ ਗਿਆ ਉਹਨਾਂ ਦਾ ਮੁੰਡਾ ਨੀਟਾ ਕਹਿੰਦਾ ਤੂੰ ਕਿਹੜੀ ਚੋਰੀਆਂ ਸਾਗ ਤੋੜਦੀਆਂ ਸਾਡੇ ਖੇਤ 'ਚ ਉਹ ਤਾਂ ਬਹਿਸ ਕਰਨ ਲੱਗ ਗਿਆ ਮੇਰੇ ਨਾਲ ਉੱਥੇ ਕੁੜੇ ਪੁੱਤ ਤੂੰ ਕਾਹਨੂੰ ਜਾਣਾ ਤੀ ਉਹਨਾਂ ਦੇ ਖੇਤ ਉਹਨਾਂ ਦਾ ਤਾਂ ਮਾਜਨਾ ਹੈ ਨਹੀਂ ਸਾਗ ਤੋੜਨ ਦਾ ਲੈ ਕੀ ਸਾਗ ਮੈਨੂੰ ਕਿਹੜਾ ਪਤਾ ਤੀ ਬੇਬੇ ਮੈਂ ਤਾਂ ਬਾਗੀ ਸੋਨਾ ਤੇ ਸਾਗ ਦੇਖ ਕੇ ਕੁੜੇ ਜਮੀ ਨਹੀਂ ਅਕਲ ਉਹਨਾਂ ਨੂੰ ਤਾਂ ਨਾ ਬੋਲਣ ਦੀ ਨਾ ਵਰਤਣ ਦੀ ਕੀ ਸਾਗ ਦੀ ਚੀਰਨੀ ਹੋਰ ਬੇਬੇ ਉਹ ਤਾਂ ਹਲੋ ਹਲੋ ਕਰਦਾ ਹੋਵੇ ਲੈ ਬੇਬੇ ਜੇ ਮੈਂ ਉਹਨਾਂ ਦੇ ਖੇਤ 'ਚ ਵੜ ਗਈ ਦੋ ਚੀਰਨੇ ਸਾਗ ਦੀਆਂ ਤੋੜ ਲੀਆਂ ਕਿੱਡਾ ਕਲੋੜਾ ਆ ਗਿਆ ਹਜੇ ਮੈਨੂੰ ਕਹਿੰਦਾ ਸਾਡੀ ਸਬਜ਼ੀ 'ਚ ਨਾ ਹੱਥ ਮਾਰ ਜੀ ਕਿਤੇ ਗੋਭੀ 'ਚ ਲੈ ਆਪਣੇ ਗੋਭੀ ਥੋੜੀ ਘੜੀ ਐ ਲੈ ਉਹੀ ਤਾਂ ਗੱਲ ਐ ਸਾਗ ਨੂੰ ਤਾਂ ਬੰਦਾ ਉਹੀ ਨਹੀਂ ਕਹਿੰਦਾ ਹੁੰਦਾ ਕੁਛ ਮੈਨੂੰ ਲੈ ਇਹਨਾਂ ਦੀ ਸਮਝ ਨਹੀਂ ਆਉਂਦੀ ਲੈ ਮੈਨੂੰ ਕਹਿੰਦਾ ਇਹ ਸਾਗ ਤੋੜੀ ਜਾਨੀ ਐ ਚੋਰਨੀ ਐ ਹੋਰ ਕਿੰਨੇ ਤੂੰ ਲੈ ਦੱਸ ਚੋਰ ਕਹਿੰਦੇ ਤੁਸੀਂ ਹੋਵੋਗੇ ਹੋਰ ਬੇਬੇ ਇਹਨਾਂ ਤਾਂ ਬੋਲ ਬੋਲ ਕੇ ਮੇਰਾ ਦਿਮਾਗ ਖਰਾਬ ਕਰਤਾ ਮੈਂ ਕਿਹਾ ਬਾਈ ਸਾਗ ਦੇ ਪੈਸੇ ਤੇਰਾ ਕਿੰਨਾ ਕੁ ਸਾਗ ਐ ਕਿੰਨੇ ਕੁ ਪੈਸੇ ਬਣ ਗਏ ਤੇਰੇ ਘਰੇ ਪਹੁੰਚਦੇ ਹੋ ਜਾਣਗੇ ਨਾ ਨਾ ਕਹਿੰਦਾ ਪੈਸੇ ਪੂਸੇ ਨਹੀਂ ਸੀ ਲੈਂਦੇ ਸਾਡਾ ਤਾਂ ਸਾਗ ਧਰ ਕੇ ਜਾ ਕਹਿੰਦਾ ਇੱਥੇ ਵੱਟ ਤੇ ਆ ਇੰਨੀ ਬੇਇੱਜ਼ਤੀ ਕਰੀ ਬੇਬੇ ਮੇਰੀ ਫਿਰ ਮੈਂ ਤਾਂ ਕਹਿਤਾ ਬੇਬੇ ਵੀ ਸਾਗ ਤਾਂ ਜਿਹੜਾ ਮੈਂ ਤੋੜ ਲਿਆ ਉਹ ਤਾਂ ਮੈਂ ਲੈ ਕੇ ਜਾਊਂਗੀ ਹੁਣ ਧਰ ਕੇ ਨਹੀਂ ਜਾਂਦੀ ਤੇਰਾ ਫਿਰ ਮੂਹਰੇ ਹੋ ਗਿਆ ਬੇਬੇ ਅੱਛਾ ਮੂਹਰੇ ਦੀ ਹਾਂ ਘੇਰ ਲੱਗ ਗਿਆ ਕਹਿੰਦਾ ਲੰਘ ਕੇ ਦੇਖਾਇਆ ਸਾਗ ਲੈ ਕੇ ਮੈਂ ਹਾਂ ਜਾ ਮੈਂ ਲੰਘ ਦੇ ਮੈਂ ਤਾਂ ਲਾ ਲਈ ਚੱਪਲ ਫਿਰ ਕੀ ਸ਼ਤਰੋਲ ਫੇਰੀ ਬੇਬੇ ਮਾਫੀ ਮੰਗ ਕੇ ਕਹੇ ਤੂੰ ਖੜਾ ਛੁੱਟਿਆ ਤਾਂ ਲੈ ਕੁੜੇ ਕੁੱਟਿਆ ਫਿਰ ਤੂੰ ਹਾਂ ਰੇਲ ਬਣਾਤੀ ਮੈਂ ਤਾਂ ਠੁਕਰਾ ਜਾ ਤਾਂ ਹੈਗਾ ਬੋਲਣ ਦੀ ਤਮੀਜ਼ ਹੈ ਨਾ ਬੇਬੇ ਹੁਣ ਤਾਂ ਜਮੀ ਵੀ ਜਮੀ ਆਕਲ ਨਾ ਹਾਏ ਸੁਖਪਾਲ ਕੁੱਟਿਆ ਕਾਦਾ ਪੁੱਤ ਕਿਤੇ ਗੱਲ ਨਾ ਵਧ ਜੇ ਮੈਂ ਤਾਂ ਇਹ ਕਹਿਨੀ ਆ ਤੈਨੂੰ ਨਾ ਗੱਲ ਕੀ ਵਧੂ ਬੇਬੇ ਦੇਖੀ ਜਾਊ ਬੇਬੇ ਜਿਹੜਾ ਕੁਝ ਹੋਣਾ ਤੇ ਹੋ ਗਿਆ ਵਧਦੀ ਗੱਲ ਵੱਜ ਜਾਣ ਦੇ ਕੁੱਤਾ ਕਿਸੇ ਥਾਂ ਦਾ ਗੂ ਮੈਂ ਮਰ ਜਾ ਹੁਣ ਕੀ ਬਣੂ ਬੇਬੇ ਬੇਬੇ ਵੇ ਕੀ ਗੱਲ ਹੈ ਕਿਉਂ ਘਬਰਾ ਫਿਰਦਾ ਹੈ ਬੇਬੇ ਨੇ ਪਰਲੇ ਖੇਤ ਗੇੜਾ ਮਾਰਨ ਗਿਆ ਸੀ ਉਹ ਜੱਸਾ ਨਹੀਂ ਹੈਗਾ ਸਿੱਧੂ ਵਾਲਾ ਉਹਨੇ ਕਹਿ ਸਾਹ ਤੋੜਨ ਮੰਡੀ ਪਈ ਆਪਣੇ ਖੇਤ ਮੌਜ ਨਾਲ ਹੀ ਮੈਂ ਕਿਹਾ ਭਾਬੀ ਸਾਡੇ ਪੁੱਛੇ ਮੇਰੇ ਸਾਹ ਕਿਵੇਂ ਤੋੜਨ ਲੱਗੀ ਮੂਹਰੇ ਬੋਲਦੇ ਕੀ ਲੋੜ ਆ ਗਿਆ ਭਾਈ ਸਾਗ ਹੀ ਤੋੜਿਆ ਨਾ ਚੰਗਾ ਭਲਾ ਸਾਗ ਉਹਨਾਂ ਦੇ ਖੇਤ ਹੈਗਾ ਆਪਣੇ ਪਤਾ ਨਹੀਂ ਕਿਉਂ ਤੋੜਿਆ ਉਹਨੇ ਨਾ ਗੱਲ ਤਾਂ ਪੁੱਤ ਤੇਰੀ ਸਹੀ ਹੈ ਜਦੋਂ ਇਹਨਾਂ ਦੇ ਚੰਗਾ ਭਲਾ ਸਾਗ ਹੈਗਾ ਆਪਣੇ ਖੇਤ 'ਚ ਤੋੜਨ ਦਾ ਇਹਦਾ ਮਤਬਲੀ ਕੋਈ ਨਹੀਂ ਹਾਂ ਬੇਬੇ ਕਈ ਸਾਡੇ ਤੇ ਪੱਤਰੇ ਦਾ ਸਾਗ ਰਿਹਾ ਸੀ ਮੈਂ ਜਿਹੜਾ ਸਾਗ ਤੋੜੇ ਸਾਡਾ ਇੱਥੇ ਰੱਖ ਦੇ ਮੈਂ ਤਾਂ ਇੰਨੀ ਗੱਲ ਕਹੀ ਹੈ ਮੂਹਰੋਂ ਚੱਪਲਾਂ ਡੈ ਪਈ ਮੈਨੂੰ ਲੈ ਦੇਖ ਲੈ ਉਲਟੀ ਗੰਗਾ ਪੋਈ ਨੂੰ ਜਾਂਦੀ ਹੈ ਇਹ 'ਚ ਚੱਪਲਾਂ ਮਾਰਨ ਵਾਲੀ ਕਿਹੜੀ ਗੱਲ ਤੀ ਸ਼ਰਮ ਨਾ ਆਈ ਉਹਨੂੰ ਚੱਪਲਾਂ ਮਾਰਦੀ ਨੂੰ ਬੇ ਤੈਥੋਂ ਕੁਛ ਸਰੀ ਨਹੀਂ ਫੜਕੇ ਕੁਤਰੇ ਤਿੰਨ ਮਾਰਦਾ ਮੂੰਹ ਤੇ ਮੈਂ ਤਾਂ ਬੇਬੇ ਆਈ ਨਹੀਂ ਬੋਲਿਆ ਫਿਰ ਅਗਲਾ ਕਹਿੰਦਾ ਜਨਾਨੀ ਦੇ ਹੱਥ ਚੱਕ ਲੈ ਨੇ ਜਨਾਨੀ ਦੇ ਹੱਥ ਕਾਹਦਾ ਚੱਕਿਆ ਛਿੱਤਰ ਤਾਂ ਉਹ ਤੇਰੇ ਮਾਰਦੀ ਤੀ ਸ਼ਰਮ ਨਾ ਆਈ ਉਹਨੂੰ ਮਾਰਦੀ ਨੂੰ ਬੇ ਮੈਨ ਤਾਂ ਐ ਨਹੀਂ ਸਮਝ ਆਉਂਦੀ ਸਾਗ ਤਾਂ ਆਪਣੇ ਖੇਤ 'ਚੋਂ ਤੋੜਦੀ ਐ ਨਾਲੇ ਹਜੇ ਉੱਤੋਂ ਜੁੱਤੀਆਂ ਮਾਰਦੀ ਐ ਬੇ ਇਹ ਤਾਂ ਜ਼ਮੀਨ ਨਜਾਇਜ਼ ਗੱਲ ਐ ਉਹਦੀ ਪੁੱਛਣਾ ਬੇਬੇ ਮੇਰੇ ਤਾਂ ਬਾਹਲੇ ਜੁੱਤੀਆਂ ਮਾਰ ਗਈ ਨਾਲੇ ਚੋਰ ਨਾਲੇ ਚਤਰਾਈ ਬੇ ਚੋਰ ਨਾਲੇ ਚਤਰਾਈ ਨਹੀਂ ਇਹ ਤਾਂ ਚੋਰ ਨਾਲੇ ਕਟਾਈ ਐ ਤੇਰੀ ਤਾਂ ਉਹਨੇ ਕਿੰਨੀ ਕਟਾਈ ਕਰਤੀ ਹਾਂ ਬੇਬੇ ਕਟਾਈ ਤਾਂ ਮੇਰੀ ਉਹਨੇ ਕਰੀ ਐ ਖਾਸੀਆਂ ਮਾਰ ਗਈ ਬੇਬੇ ਮੇਰੇ ਉਹ ਤਾਂ ਬੱਚਾ ਖਾਸੀਆਂ ਮਾਰਨ ਦਾ ਦੱਸਦਾ ਦੇਖ ਕਿਵੇਂ ਐ ਜਿਵੇਂ ਸਾਰਾ ਹਾਰ ਪਵਾ ਕੇ ਆਇਆ ਹੁੰਦਾ ਉਹ ਤੋਂ ਬੇ ਬੰਦਾ ਹੋ ਕੇ ਛਿੱਤਰ ਖਾ ਕੇ ਆ ਗਿਆ ਤੂੰ ਤੈਨੂੰ ਸ਼ਰਮ ਨਾ ਆਈ ਠਹਿਰ ਜਾ ਕੇ ਨਾ ਮੈਂ ਕਰਦੀ ਹਾਂ ਉਹਦਾ ਜਲੂਸ ਜਾ ਕੇ
ਨਾਲ ਤਾਂ ਸਾਗ ਤੋੜ ਲਿਆ ਖੇਤੋਂ ਨਾਲੇ ਮੇਰਾ ਮੁੰਡਾ ਕੁੱਟਤਾ ਚੱਲ ਵੇ ਚੱਲ ਗਏ ਮੈਂ ਕਰਦੀ ਆ ਉਹਦਾ ਜਲੂਸ ਹਾਂ ਮੈਂ ਆਪਣੀ ਸਬਜ਼ੀ ਤੋੜ ਕੇ ਹਰੇਕ ਲੈ ਜਾਂਦਾ ਹੋਰ ਹੁਣ ਕਿਸੇ ਨੂੰ ਕੁਝ ਕਹਿੰਦੇ ਹੈਗੇ ਕੀ ਸਾਗ ਦੋ ਚੀਰਨੀਆਂ ਤਾਂ ਹੀ ਤਾਂ ਕਹਿੰਦੇ ਆ ਜਾਇਆ ਪੁੱਤ ਹਾਂ ਦੱਸਿਆ ਆੜਤੀਆਂ ਨੂੰ ਮਖਿਆਲ ਸਾਹਿਬ ਜੇ ਚ ਫਰਕ ਲੱਗਦਾ ਸਨ ਤਾਂ ਅੱਛਾ ਕਹਿੰਦਾ ਕੋਈ ਨਾ ਦੇਖ ਲਾਂਗੇ ਚੱਲ ਕੋਈ ਨਹੀਂ ਦੇਖ ਟਾਈਮ ਨਹੀਂ ਤੀ ਜਾਂਦੀ ਤੀ ਕਿਤੇ ਬਾਹਰ ਬੂਰ ਅੱਛਾ ਕਿਵੇਂ ਸੁਪਰ ਨਾ ਠੀਕ ਆ ਮੈਂ ਤਾਂ ਨਾ ਕੋਈ ਗੱਲ ਲੱਗਦੀ ਮੈਨੂੰ ਤਾਂ ਨਾ ਨਾ ਬੇਕਾਰ ਦੀ ਗੱਲ ਪੁੱਤ ਸੁਖਪਾਲ ਗਈ ਤੀ ਅੱਜ ਸਾਗ ਲੈਣ ਅੱਛਾ ਫਿਰ ਉਹ ਮੈਂ ਕਿਹਾ ਚੱਲ ਆਪਣੇ ਖੇਤ ਤਾਂ ਪੱਤਰੇ ਦਾ ਸਾਗ ਹੈ ਮੇਰੀ ਦੌੜਦੀ ਦੌੜਦੀ ਦੀ ਨਿਗਾਹ ਬਾਜ ਨੂੰ ਤਾਈ ਕੇ ਖੇਤ ਪੈ ਗਈ ਮੈਂ ਚੱਲ ਉਧਰੋਂ ਤੋੜ ਲੈਣੀ ਸਾਗ ਵਧੀਆ ਉਧਰੋਂ ਉਹਨਾਂ ਦਾ ਮੁੰਡਾ ਆ ਗਿਆ ਕਿਤੇ ਨੀਟਾ ਜਿਹੜਾ ਤੇ ਲੱਗ ਗਿਆ ਵਾਤਵਾ ਬੋਲਣਾ ਵੈਸਣ ਲੱਗ ਗਿਆ ਮੇਰੇ ਨਾਲ ਤਾਂ ਤੂੰ ਸਾਨੂੰ ਬਿਨ ਪੁੱਛੇ ਸਾਡੇ ਖੇਤ 'ਚ ਕਿਵੇਂ ਵੜ ਗਈ ਕਿਵੇਂ ਸਾਗ ਤੋੜਦੀਆਂ ਤੂੰ ਸਾਗ ਚੋਰਨੀ ਹੈ ਤੂੰ ਆਏ ਹੈ ਤੂੰ ਬਾਹ ਹੈ ਅਸੀਂ ਤਾਂ ਸਬਜ਼ੀ ਵੇਚ ਕੇ ਆਉਂਦੇ ਹਾਂ ਜੇ ਤੇਰੇ ਵਰਗੇ ਤੋੜਨ ਲੱਗ ਗਈਆਂ ਫਿਰ ਅਸੀਂ ਖਾਵਾਂਗੇ ਕਿੱਥੋਂ ਅਸੀਂ ਤਾਂ ਭੁੱਖੇ ਮਰਾਂਗੇ ਮੈਂ ਜੇ ਮੈਂ ਕਹਿਤਾ ਵੀ ਅਸੀਂ ਤੁਹਾਡੇ ਪਿੰਡ ਦੀ ਹਾਂ ਕੋਈ ਦੂਰੋਂ ਤਾਂ ਨਹੀਂ ਹੈਗੇ ਦੋ ਚੀਰ ਨੇ ਤੋੜਨੇ ਫਿਰ ਕੀ ਹੋ ਗਿਆ ਮੈਨੂੰ ਕਹਾਂ ਲੋਸ ਮਿੰਟ 'ਚ ਕਰਾਇਆ ਨਾ ਪਿੰਡ ਦੇ ਸਾਰੇ ਨੇ ਗੱਲਾਂ ਦੇਖ ਕਰਦਾ ਸਾਲਾ ਅੱਗੇ ਸਾਗ ਚੋਰੀ ਕਰਦੀ ਹੈ ਬਣਿਆ ਨੰਬਰਦਾਰੀ ਦਾ ਤੇ ਹੋਰ ਮੈਨੂੰ ਕਹਾਂ ਤੂੰ ਚੋਰ ਹੈ ਮੈਂ ਆਖਿਆ ਬਾਈ ਜਿਹੜੇ ਤੇਰੇ ਸਾਗ ਦੇ ਪੈਸੇ ਬਣਦੇ ਨੇ ਤੇਰੇ ਘਰੇ ਪਹੁੰਚਦੇ ਹੋ ਜਾਣਗੇ ਹਰਾਮੀ ਨੇ ਮੇਰੇ ਤਾਂ ਗੱਲ ਹੀ ਨਹੀਂ ਸੁਣੀ ਮੈਨੂੰ ਕਹਿੰਦਾ ਪੈਸੇ ਤਾਂ ਨਹੀਂ ਲੈਂਦਾ ਮੈਂ ਸਾਗ ਦੇ ਪੈਸੇ ਲੈ ਲੂ ਕਿ ਨਾ ਸਾਡੇ ਘਰੇ ਆ ਜਾਓ ਕਿਤੇ ਜਿਹੜਾ ਸਾਗ ਤੋੜਾ ਇੱਥੇ ਰੱਖ ਕੇ ਜਾ ਮੈਂ ਆਖਿਆ ਸਾਗ ਤਾਂ ਨਹੀਂ ਮੈਂ ਰੱਖਦੀ ਸਾਗ ਤਾਂ ਘਰੇ ਲੈ ਕੇ ਜਾਊਂਗੀ ਦੋ ਚੀਰਨੀਆਂ ਰੱਖੀਏ ਨਾ ਗਾਂ ਲੰਘ ਕੇ ਦਿਖਾ ਲੈ ਹੈ ਮੇਰਾ ਸਾਲਾ ਮਾਰ ਦੀ ਗਾ ਢੂਹੀ ਚਲਾ ਕੇ ਚੱਪਲ ਤੇਰੇ ਭਾਰ ਆਏ ਕੁੱਟ ਕੇ ਨਹੀਂ ਆਏ ਇਹਨੇ ਤਾਂ ਲਾਸਾ ਪਾਤੀਆਂ ਦੀ ਢੂਹੀ ਚ ਅੱਛਾ ਹਾਂ ਫਿਰ ਮੈਂ ਤਾਂ ਲਾ ਲਈ ਚੱਪਲ ਢੂਹੀਆਂ ਢੂਹੀ ਕੁੱਟੀ ਤਲੰਗਾ ਜਾ ਹਟੀ ਨਹੀਂ ਜਵਣੀਆਂ ਮਾਰਨ ਜਦੋਂ ਮੈਂ ਕਹੀ ਜਾਨੀ ਆ ਭਾਈ ਜਿੰਨੇ ਸਾਗ ਦੇ ਪੈਸੇ ਬਣਦੇ ਨੇ ਤੇਰੇ ਘਰੇ ਪਹੁੰਚਦੇ ਹੋ ਜਾਣਗੇ ਤੂੰ ਸਾਗ ਦੇ ਪੈਸੇ ਲੈ ਲਈ ਨਾ ਜੀ ਕਹਿੰਦਾ ਤੂੰ ਸਾਗ ਤੋੜਿਆ ਕਿਵੇਂ ਹਾਂ ਫਿਰ ਜਦੋਂ ਹੁਣ ਪੈਸੇ ਦੇਈ ਜਾਂਦੇ ਆ ਵੀ ਪੈਸੇ ਲੈ ਲਈ ਭਾਈ ਤੂੰ ਕੀ ਲੋੜਾ ਹੈਗਾ ਦੋ ਚੀਰਨੀਆਂ ਸਾਗ ਦੇ ਤੋੜ ਲੀਆਂ ਇੱਕ ਤਾਂ ਮੈਨੂੰ ਤੇਰੇ ਤੇ ਵੀ ਗੁੱਸਾ ਚੜਦਾ ਤੂੰ ਲੈਣ ਕੀ ਗਈ ਤੇ ਇਹਨਾਂ ਦੇ ਖੇਤ ਇਹਨਾਂ ਦਾ ਮਾਜਨਾ ਹੈ ਨਹੀਂ ਇਹ ਤਾਂ ਧੇਲੇ ਦੇ ਬੰਦੇ ਵੀ ਨਹੀਂ ਹੈਗੇ ਇਹਨਾਂ ਦਾ ਪਿਓ ਵੀ ਇਹ ਜਿਹਾ ਸੀ ਉਹਦਾ ਵੀ ਮਾਜਨਾ ਹੈ ਨਹੀਂ ਸੀ ਮੈਂ ਸੁਣਿਆ ਭਜਨੋ ਤਾਈ ਦਾ ਵੀ ਨਹੀਂ ਮਾਜਨਾ ਹੈਗਾ ਆਪਾਂ ਤਾਂ ਕਦੇ ਵਰਤੇ ਨਹੀਂ ਇਹਨਾਂ ਨਾਲ ਹੈ ਨਹੀਂ ਮਾਰ ਇਹਨਾਂ ਦਾ ਮਾਜਨਾ ਮੋਜਨਾ ਲੈ ਮੈਨੂੰ ਕੀ ਪਤਾ ਦੀਵੇ ਸਾਗ ਪਿੱਛੇ ਵੀ ਐ ਕਰਨਗੇ ਕਜੁੱਸੀ ਕਰਨਗੇ ਮੈਂ ਤੈਨੂੰ ਦੱਸੀ ਤਾਂ ਜਾਨਾ ਇਹ ਤਾਂ ਚੁੰਡੀ ਨਹੀਂ ਬਣਾਉਂਦੇ ਕਿਸੇ ਤੋਂ ਇਹ ਤਾਂ ਬਾਲੇ ਘਟਿਆ ਬੰਦੇ ਨੇ ਇੱਕ ਵਾਰ ਤੂੰ ਪੁੱਛ ਲੈਂਦੀ ਚੱਲ ਚੰਗਾ ਤੀਗਾ ਮੈਨੂੰ ਦਿਸੀ ਨਹੀਂ ਕੋਈ ਖੇਤ 'ਚ ਜੇ ਕੋਈ ਖੇਤ 'ਚ ਹੁੰਦਾ ਫਿਰ ਉਹ ਪੁੱਛ ਲੈਂਦੀ ਮੈਨੂੰ ਤਾਂ ਕੋਲੇ ਆਏ ਦੀ ਪਤਾ ਲੱਗਿਆ ਜੀ ਮੈਂ ਸਾਗ ਤੋੜੀ ਜਾਂਦੀ ਤੀ ਉਹ ਤਾਂ ਐ ਲੱਗ ਲਲਕਾਰੇ ਮਾਰਨ ਮੈਨੂੰ ਤਾਂ ਇਹੀ ਡਰ ਲੱਗੀ ਜਾਂਦਾ ਜੱਸੇ ਕਿਤੇ ਗੱਲ ਨਾ ਵੱਧ ਜੇ ਦੇਖੀ ਜਾਊ ਫਿਰ ਹੁਣ ਕੀ ਪਤਾ ਗੱਲ ਵਧਣ ਦਾ ਸਾਲੇ ਨੂੰ ਐ ਤਾਂ ਚਾਹੀਦਾ ਤੀ ਵੀ ਅਕਲ ਨਾਲ ਗੱਲ ਕਰਾਂ ਵੀ ਤੂੰ ਚੋਰ ਚੋਰ ਕੀ ਕਰਦਾ ਤੈਨੂੰ ਤੂੰ ਇਹਨੂੰ ਕਿਤੇ ਬੋਲੀ ਨਾ ਹੁੰਦਾ ਤਾਂ ਹੀ ਤਾਂ ਮੈਨੂੰ ਗੁੱਸਾ ਚੜਿਆ ਆ ਕੇ ਮੈਨੂੰ ਕਹਿੰਦਾ ਚੋਰ ਨਹੀਂ ਵੀ ਹਰਾਮ ਜਾਦੇ ਆ ਜਦੋਂ ਮੈਂ ਕਹੀ ਜਾਨੀ ਆ ਵੀ ਜਿਹੜਾ ਸਾਗ ਤੋੜਿਆ ਤੇਰਾ ਕੋਈ ਨਾ ਤੇਰੇ ਪੈਸੇ ਮਿਲ ਜਾਣਗੇ ਤੈਨੂੰ ਇਹ ਸਾਗ ਦੇ ਘਰੇ ਪਹੁੰਚਦੇ ਹੋ ਜਾਣਗੇ ਫੇਰ ਵੀ ਨਾ ਮੰਨੇ ਕਿਸੇ ਰੀਤੀ ਨਾ ਆਵੇ ਫੇਰ ਛਿੱਤਰ ਖਾਦੇ ਨੇ ਮੇਤੋਂ ਹੋਰ ਛਿੱਤਰ ਤਾਂ ਸਾਲੇ ਨੇ ਆਪ ਹੀ ਖਾਦੇ ਨੇ ਜਦੋਂ ਤੂੰ ਫਿਰ ਇਹਦੇ ਮਾਰ ਦਿੱਤੀ ਬੋਲਿਆ ਨਹੀਂ ਕੁਛ ਮੂਹਰੋਂ ਉਹ ਕੀ ਬੋਲੂਗਾ ਮਾਫੀ ਮੰਗਣ ਲੱਗ ਗਿਆ ਤਾਂ ਆਕੜਨਾ ਤਾਂ ਮੇਰੇ ਮੂਹਰੇ ਕਿਹੜਾ ਤੀ ਉਹਨੇ ਉਹ ਤਾਂ ਪਹਿਲੀ ਆਕੜ ਗਿਆ ਜਿਹੜਾ ਆਕੜਨਾ ਤੀ ਮੈਂ ਤਾਂ ਮਾਰ ਮਾਰ ਕੇ ਚੱਪਲਾਂ ਚੀਕਾਂ ਕਢਾਤੀਆਂ ਉਹਦੀਆਂ ਉਹ ਤਾਂ ਕਰੇ ਹਾਏ ਮਾਰਤਾ ਹਾਏ ਮਾਰਤਾ ਬਚਾ ਲਓ ਮਾਫ ਕਰ ਦੇ ਭੈਣੇ ਲੈ ਜਾ ਸਾਗ ਆਉਂਦਾ ਕੋਈ ਗੱਲ ਨਹੀਂ ਫੇ ਤਾਂ ਐ ਕਰੇ ਮੈਨੂੰ ਅੱਛਾ ਦਿਲ ਦਾ ਤਾਂ ਕਮਜ਼ੋਰ ਹੀ ਹੈ ਬੰਦਾ ਮੈਨੂੰ ਪਤਾ ਹੈ ਉਹਦਾ ਹਾਂ ਕੱਲਾ ਬੁੜਕਣ ਵਾਲੀ ਹੈ ਦੇਖੀ ਜਾਊਗੀ ਜਿਹੜਾ ਕੁਛ ਹੁੰਦਾ ਹੋ ਜਾਣ ਦੇ ਦੇਖੀ ਜਾਊ ਫਿਰ ਹੁਣ ਕਰ ਕੀ ਸਕਦੇ ਆ ਹੋਰ ਸੱਚ ਸੁਪਾਲ ਤੇਰੇ ਖਾਤੇ 'ਚ ਨਾ ਆੜਤੀਆਂ ਤੋਂ 25,000 ਰੁਪਇਆ ਪਵਾਇਆ ਮੈਂ ਉਹ ਤੈਨੂੰ ਨਾਲ ਜਾਣਾ ਪਊ ਮੇਰੇ ਕਢਾ ਕੇ ਲਿਆਉਣੇ ਫਿਰ ਮੇਰੇ ਜਾਏ ਬਿਨਾਂ ਸਰਦਾ ਨਹੀਂ ਹੈਗਾ ਮੈਂ ਤਾਂ ਐਂ ਕਹਿੰਦੀ ਵੀ ਸਾਗ ਧਰ ਲੈਂਦੀ ਉਹ ਸਰਦਾ ਨਹੀਂ ਕੋਈ ਨਾ ਬੇਬੇ ਕਰ ਲਓ ਇੰਨੇ ਤਿਆਰੀ 10 ਮਿੰਟ ਲੱਗਣਗੇ ਆਪਾਂ ਨੂੰ ਕੋਈ ਨਾ ਮੈਂ ਚੀਰ ਲੈਣੀ ਆ ਤੁਸੀਂ ਜਾ ਆਓ ਹੋਰ ਚੱਲ ਠੀਕ ਹੈ ਚੱਲ ਮੈਂ ਕੱਪੜੇ ਬਦਲਣਾ ਮਾੜੇ ਜੀ ਕੱਪੜੇ ਵਧੀਆ ਹੈਗੇ ਨੇ ਲੈ ਕੱਪੜੇ ਮਾੜੇ ਨੇ ਇਹ ਚੱਲ ਕੱਪੜੇ ਬਦਲਣਾ ਪਿਆ ਜੀ ਉਹਨੇ ਚਰਚ ਆਪਾਂ ਨੂੰ ਜਾਣ ਆਉਣ ਲੱਗੂਗਾ ਜੇ ਉੱਥੇ ਨਾ ਭੀੜ ਹੋਈ ਫਿਰ ਤਾਂ ਕੁਛ ਨਹੀਂ ਲੱਗਦਾ ਉਹ ਆਏ ਆ ਨਾਲੇ ਤਾਂ ਫਿਰ ਇਹਦਾ ਵੀ ਚੈਨ ਸੈੱਟ ਪਵਾਉਣ ਵਾਲਾ ਯਾਰ ਕੜ ਕੜ ਜੇ ਕਰੀ ਜਾਂਦਾ ਨਹੀਂ ਗੱਲ ਸੁਣ ਚਮੇਰੋ ਮੌਜ ਨਾਲ ਬੈਠੀ ਸਾਗ ਚੀਰੀ ਜਾਂਦੀ ਹੈ ਤੇਰੀ ਨੂੰਹ ਨੂੰ ਅਕਲ ਮੌਤ ਹੈ ਨਹੀਂ ਕੋਈ ਨਾਲੇ ਤਾਂ ਸਾਡੇ ਸਾਗ ਤੋੜ ਲਿਆ ਨਾਲੇ ਮੇਰਾ ਮੁੰਡਾ ਕੁੱਟਿਆ ਭੈਣ ਜੀ ਸੁਪਾਲ ਨੇ ਤਾਂ ਕਿਹਾ ਸੀ ਜਿਹੜਾ ਸਾਗ ਤੋੜਿਆ ਵੀ ਇਹ ਤੁਹਾਨੂੰ ਪੈਸੇ ਦੇ ਦਾਂਗੇ ਤੁਹਾਡਾ ਮੁੰਡਾ ਮੰਨਿਆ ਨਹੀਂ ਫੇਰ ਕਿਤੇ ਇਹਨਾਂ ਦੀ ਲੜਾਈ ਹੋ ਗਈ ਨਾ ਇਹ ਵੱਡੀ ਬਦਮਾਸ਼ਣ ਹੋ ਗਈ ਮੇਰੇ ਮੁੰਡੇ ਨੂੰ ਚੱਪਲਾਂ ਨਾਲ ਕੁੱਟਿਆ ਲਿਆਗਾ ਕਿੱਥੇ ਹੈ ਕੱਢੋ ਉਸਨੂੰ ਬਾਹਰ ਬਣਾਵਾ ਉਹਨੂੰ ਬੰਦੇ ਦੀ ਸੀ ਉਹ ਤਾਂ ਘਰੇ ਹੈ ਨਹੀਂ ਭੈਣ ਜੀ ਚੱਲ ਛੱਡੋ ਗੱਲ ਨੂੰ
ਭੈਣ ਜੀ ਗੱਲ ਨਾ ਵਧਾਓ ਉਹਦੇ ਮੁੰਡੇ ਦੀ ਮੈਂ ਮਾਫੀ ਮੰਗਦੀ ਆ ਚਲੋ ਗਲਤੀ ਹੋ ਗਈ ਭੈਣੇ ਨਾ ਐ ਗਲਤੀ ਕਿਵੇਂ ਹੋ ਗਈ ਉਹਨੂੰ ਚੋਰਨੀ ਨੂੰ ਮੇਰੇ ਮੂਹਰੇ ਤਾਂ ਕਰ ਕਿਹੜੀ ਕੁੱਟ ਚਲੂ ਕੀ ਆ ਹੁਣ ਉਹਦੀ ਹਿੰਮਤ ਕਿਵੇਂ ਹੋਈ ਸਾਡੇ ਖੇਤ ਚ ਵੜਨ ਦੀ ਸੱਦੋ ਨੂੰ ਕਿੱਥੇ ਹੁਣ ਦੇਖ ਭਾਜਣੋ ਆਪਾਂ ਗੱਲ ਨਾ ਵਧਾਈਏ ਜਦੋਂ ਮੈਂ ਗਲਤੀ ਮੰਨੀ ਜਾਂਦੀ ਆ ਤੁਹਾਡੇ ਖੇਤੋਂ ਉਹਨੇ ਮਾਂ ਨਾਲ ਹੀ ਤੋੜਿਆ ਤੇ ਸਾਗ ਗਈ ਤਾਂ ਉਹ ਸਾਡੇ ਸੀ ਸਾਗ ਤੋੜਨ ਸਾਡੇ ਪੱਤਰੇ ਜੇ ਦਾ ਸਾਗ ਤੀ ਕੋਈ ਨਾ ਮੇਰੀ ਭੈਣ ਗੱਲ ਨਾ ਵਧਾ ਚੰਗਾ ਨਹੀਂ ਤੇ ਕਮਾਲ ਹੋ ਗਈ ਨਾ ਮੇਰੀ ਗੱਲ ਸੁਣ ਹਜੇ ਤੂੰ ਕਹਿੰਦੀ ਆ ਗੱਲ ਨਾ ਵਧਾ ਮੇਰੇ ਮੁੰਡੇ ਦੀ ਕਰੀ ਉਹਨੇ ਬੇਇੱਜ਼ਤੀ ਲਿਆ ਉਹਨੂੰ ਕੱਟਵਾਰ ਵੱਡੀ ਫੁੱਲਣ ਦੇਵੀ ਨੂੰ ਮੈਨੂੰ ਬਹੁਤ ਕੁੱਟਿਆ ਬੇਬੇ ਮੈਂ ਤਾਂ ਉਹਨੂੰ ਭਾਬੀ ਭਾਬੀ ਕਹਿ ਕੇ ਇੱਜ਼ਤ ਨਾਲ ਗੱਲ ਕਰਦਾ ਸੀ ਮੇਰੇ ਚੱਪੜੇ ਮਾਰਨ ਲੱਗ ਗਈ ਨਾ ਪੁੱਤ ਤੂੰ ਇੱਜ਼ਤ ਨਾਲ ਕਿੱਥੇ ਗੱਲ ਕਰਦਾ ਸੀ ਜਦੋਂ ਤੈਨੂੰ ਸੁਖਪਾਲ ਨੇ ਕਹਿਤਾ ਸੀ ਵੀ ਤੇਰੇ ਸਾਗ ਦੇ ਘਰੇ ਪੈਸੇ ਪਹੁੰਚ ਜਾਣਗੇ ਫਿਰ ਤੂੰ ਉਹਦੀ ਗੱਲ ਮੰਨਿਆ ਕਿਉਂ ਨਹੀਂ ਗੱਲ ਸੁਣ ਚਾਚੀ ਉਹਦਾ ਮਤਲਬ ਕੀ ਹੋਇਆ ਸਾਡੇ ਖੇਤੋਂ ਸਾਗ ਤੋੜਨ ਦਾ ਬਿਨਾ ਪੁੱਛੇ ਚੱਲ ਛੋੜਦੇ ਉਹ ਬਿਨਾ ਪੁੱਛੇ ਸਾਗ ਤੋੜਨ ਲੱਗ ਗਈ ਪਹਿਲੀ ਗੱਲ ਤਾਂ ਉਹ ਆਪਦਾ ਖੇਤ ਸਮਝ ਕੇ ਸਾਗ ਤੋੜਨ ਲੱਗੀ ਸੀ ਮਾਂ ਨਾਲ ਚੱਲ ਫਿਰ ਵੀ ਮੈਂ ਉਹਦੀ ਗਲਤੀ ਮੰਨਦੀ ਹਾਂ ਉਹ ਪੈਸੇ ਦੇਣ ਨੂੰ ਵੀ ਤਿਆਰ ਸੀ ਅਸੀਂ ਹੁਣ ਵੀ ਪੈਸੇ ਦੇ ਦਾਂਗੇ ਅਸੀਂ ਵੱਧ ਪੈਸੇ ਵੀ ਦੇ ਦਿੰਦੇ ਅਸੀਂ ਪੈਸਾ ਨਹੀਂ ਦੇਖਿਆ ਕਦੇ ਪੈਸਿਆਂ ਦੇ ਭੁੱਖੇ ਆਂ ਸੀ ਉਹਨੇ ਮੇਰਾ ਮੁੰਡਾ ਕੁੱਟਿਆ ਕਿਵੇਂ ਉਹਨੂੰ ਬਾਹਰ ਕੱਢ ਵੱਡੀ ਬਦਮਾਸ਼ਾ ਨੂੰ ਦੇਖ ਭਾਜਣੋ ਤੂੰ ਗੱਲ ਨੂੰ ਹਵਾ ਨਾ ਦੇ ਤੇਰੇ ਮੁੰਡੇ ਨੇ ਪੁੱਠਾ ਸਿੱਧਾ ਬੋਲਿਆ ਸੁਖਪਾਲ ਨੂੰ ਤਾਂ ਉਹ ਤੋਂ ਹੱਥ ਚੱਕਿਆ ਗਿਆ ਹੱਥ ਨਹੀਂ ਤੱਕਿਆ ਗਿਆ ਚਾਚੀ ਉਹਨੇ ਚੱਪੜਾ ਮਾਰੀਆਂ ਮੇਰੀ ਢੂਹ 'ਚ ਮੇਰੀ ਫੁੱਲ ਬੇਇੱਜ਼ਤੀ ਕਰੀ ਉਹਨੇ ਚੱਲ ਕੋਈ ਨਾ ਪੁੱਤ ਤੂੰ ਆਪ ਹੀ ਰੌਲਾ ਪਾਈ ਜਾਂਦਾ ਉੱਥੇ ਕਿਹੜਾ ਕਿਸੇ ਨੇ ਦੇਖਿਆਗਾ ਨਾ ਜੇ ਕਿਸੇ ਨੇ ਦੇਖਿਆ ਨਹੀਂ ਤਾਂ ਮੁੰਡੇ ਦੀ ਬੇਇੱਜ਼ਤੀ ਨਹੀਂ ਹੋਈ ਸੱਤ ਸੁਖਪਾਲ ਨੂੰ ਉਰੇ ਕਿਹੜਾ ਕੋਈ ਦੇਖਦੇ ਮੈਂ ਵੀ ਲਾਵਾਂ ਜੁੱਤੀਆਂ ਉਹਦੇ ਇੱਥੇ ਤਾਂ ਆਪਾਂ ਆਪਾਂ ਹੀ ਆ ਇੱਥੇ ਕਿਹੜਾ ਦੇਖਦੇ ਕੋਈ ਆਏ ਕਿਵੇਂ ਹੋ ਜੂ ਭੈਣ ਜੀ ਮੈਂ ਉਹਦੇ ਵੰਡੇ ਦੀ ਮਾਫੀ ਮੰਗੀ ਤਾਂ ਜਾਨੀ ਆ ਹੋਰ ਤਾਂ ਕੋਈ ਮੇਰੇ ਲਵੇ ਇਲਾਜ ਨਹੀਂ ਹੈਗਾ ਕੋਈ ਗੱਲ ਨਹੀਂ ਇਲਾਜ ਤਾਂ ਮੇਰੇ ਕੋਲੇ ਹੈਗਾ ਤੂੰ ਇੱਕ ਵਾਰੀ ਉਹਨੂੰ ਮੇਰੇ ਮੱਥੇ ਤਾਂ ਲਾ ਮਾਰ ਮਾਰ ਜੁੱਤੀਆਂ ਜੇ ਮੂੰਹ ਨਾ ਰੰਗਦਾ ਉਹਦਾ ਮੈਂ ਚੱਲ ਫਿਰ ਹੁਣ ਤਾਂ ਉਹ ਘਰੇ ਹੈ ਹੀ ਨਹੀਂ ਜਦੋਂ ਆ ਗਈ ਉਦੋਂ ਕਰ ਲਈ ਜਿਹੜਾ ਕੁਛ ਕਰਨਾ ਨਾਲੇ ਮੂੰਹ ਲਾਲ ਕਰ ਲਈ ਤੇਰਾ ਵੀ ਭਲੇਖਾ ਨਿਕਲ ਜੂਗਾ ਐਡੀ ਪੱਟ ਵਰਗੀ ਕੂਲੀ ਮੂਹਰੋਂ ਉਹ ਵੀ ਨਹੀਂ ਐਡੀ ਕੂਲੀ ਮੈਂ ਵੀ ਨਹੀਂ ਹੈਗੀ ਤੇਰਾ ਵੀ ਭਲੇਖਾ ਨਿਕਲ ਜੂ ਤੂੰ ਉਹਦੇ ਨਾਲ ਹੀ ਆ ਜੀ ਤੈਨੂੰ ਵੀ ਦਿਖਾਉਂ ਤਜਰਬਾ ਨਹੀਂ ਮੁੜ ਜਾ ਕੀ ਲੈਣਾ ਤੂੰ ਨਹੀਂ ਮੁੜਦੀ ਕੀ ਕਰ ਲੇਗੀ ਤੂੰ ਤੂੰ ਤੁਰ ਜਾ ਭਾਜਣਾ ਐਵੇਂ ਮੈਨੂੰ ਗੁੱਸਾ ਨਾ ਚੜਾਈ ਜਾ ਵਗ ਜਾ ਦੇ ਘਰ ਨੂੰ ਚੁੱਪ ਕਰਕੇ ਤੂੰ ਕੀ ਕਰ ਦੇਂਗੀ ਮੈਨੂੰ ਐਂ ਲੱਗਦਾ ਮੈਨੂੰ ਤੇਰੀ ਵੀ ਖੜਕੈਤੀ ਕਰਨੀ ਪਊਗੀ ਨਹੀਂ ਠਹਿਰ ਜਾ ਤੂੰ ਵੱਡੀ ਆਈ ਮੇਰੀ ਖੜਕੈਂਤੀ ਕਰਨ ਵਾਲੀ ਹਾਂ ਹੁਣ ਦੱਸ ਹਾਂ ਤੂੰ ਦੱਸਗਾ ਨਹੀਂ ਤੁਰ ਜਾ ਭਾਜਣਾ ਹਜੇ ਵੀ ਨਹੀਂ ਤੂੰ ਕੀ ਕਰ ਲੇਂਗੀ ਤੂੰ ਧੱਕਾ ਜਾ ਨਾ ਮਾਰ ਮੈਂ ਤੈਨੂੰ ਦੱਸਤਾ ਨਹੀਂ ਠਹਿਰ ਜਾ ਨਹੀਂ ਤੂੰ ਕੀ ਕਰ ਲੇਂਗੀ ਖੜ ਜਾ ਨਹੀਂ ਬੂ ਮਾਰਤੀ ਬੂ ਮਾਰਤੀ ਬੂ ਕੁੜਾ ਬਚਾ ਲਓ ਮਾਰਤੀ ਬੂ ਮਾਰਤੀ ਭਾਜਣਾ ਮੇਰੀ ਬਾਹ ਛੱਡ ਦੇ ਬੂ ਨਹੀਂ ਮੇਰੀ ਬਾਹ ਦੁਖਦੀ ਆ ਭਾਜਣਾ ਛੱਡ ਦੇ ਨਹੀਂ ਛੱਡ ਦੇ ਨਹੀਂ ਭਾਜਣਾ ਨਹੀਂ ਮੈਂ ਤੈਨੂੰ ਦੱਸਤਾ ਮੇਰੀ ਬਾਹ ਟੁੱਟ ਜੂ ਹੁਣ ਲੱਗ ਗਿਆ ਤੂੰ ਬਹੁਤ ਹੋ ਗਈ ਹਾਏ ਨੀ ਮੇਰੀ ਤਾਂ ਬਾਂਹ ਟੁੱਟ ਗਈ ਜਣੋ ਨਾਲੇ ਉਹਨੂੰ ਸੁਨੇਹਾ ਲਾ ਦੀ ਮੇਰਾ ਉਹਨੂੰ ਵੀ ਦਿਖਾਉਂਗੀ ਮੇਰਾ ਤਜਰਬਾ ਹਾਏ ਮੇਰੀ ਤਾਂ ਬਾਂਹ ਵਾਲੀ ਦੁਖਣ ਲਾਤੀ ਬੂ ਹੁਣ ਕਿਵੇਂ ਚੀਰਾ ਸਾਗ ਓਹੋ ਖਸਮ ਰੋਈ ਕਿੱਧਰੋਂ ਆਈ ਹੈ ਬੂ ਮੇਰੇ ਤਾਂ ਬਾਂਹ ਪਹਿਲੀ ਟੁੱਟੀ ਹੋਈ ਸੀ ਕਰਾ ਤਾ ਗਏ ਹਾਏ ਜਮੀ ਮਰੋੜਤੀ ਬਾਂਹ ਮੇਰੀ ਤਾਂ ਹਾਏ ਕੀ ਹੋ ਗਿਆ ਨਹੀਂ ਉਹ ਆਈ ਤੀ ਭਾਜਣੋ ਆਪਦੇ ਮੁੰਡੇ ਨਾਲ ਨਹੀਂ ਮੇਰੀ ਤਾਂ ਬਾਂਹ ਜਮੀ ਤੋੜ ਗਈ ਉਹ ਮਨ ਤਾਂ ਲਾਦਾ ਟੁੱਟ ਗਈ ਨਾ ਨਾ ਮੈਂ ਤਾਂ ਠੀਕ ਹੈ ਹਾਏ ਕੀ ਮਾਰਿਆ ਉਹਨੇ ਹਾਏ ਦੱਸੀ ਤਾਂ ਜਾਨੀ ਆ ਵੀ ਮਰੋੜਤੀ ਨਾ ਤੇਰੀ ਬਾਂਹ ਕਾਤੇ ਮਰੋੜ ਗਈ ਦੇ ਦੇਖੋ ਮੈਂ ਉਹ ਆਖਿਆ ਮੈਂ ਮਾਫੀ ਮੰਗਦੀ ਆ ਮੇਰੀ ਤਾਂ ਇੱਕ ਨਹੀਂ ਮੰਨੀ ਉਹਨੇ ਕਹਿੰਦੀ ਉਹਨੂੰ ਬਾਹਰ ਕੱਢ ਮੈਂ ਉਹਦੇ ਚਪੇੜਾ ਮਾਰ ਮਾਰ ਮੂੰਹ ਰੰਗਦੀ ਆ ਮੈਂ ਤੈਨੂੰ ਪਹਿਲੀ ਕਿਹਾ ਤੀ ਯਾਰ ਇਹ ਬਹੁਤ ਲੜਾਕੀ ਬੁੜੀ ਹੈਗੀ ਭਾਜ ਨੂੰ ਤੇਰੀ ਇੱਕ ਗਲਤੀ ਨਾਲ ਦੇਖ ਲੈ ਕਿੱਥੇ ਤੱਕ ਕੰਮ ਪਹੁੰਚ ਗਿਆ ਕੀ ਲੈਣਾ ਤੀ ਤੈਂ ਸਾਗ ਤੋਂ ਐਡਾ ਕੰਮ ਵਧਾ ਕੇ ਰੱਖਤਾ ਕੋਈ ਗੱਲ ਨਹੀਂ ਤੂੰ ਮੈਨੂੰ ਇੱਕ ਵਾਰ ਲੈ ਕੇ ਚੱਲ ਉਹਨਾਂ ਦੇ ਘਰੇ ਮੈਂ ਕਰਦੀ ਉਹਦੇ ਨਾਲ ਗੱਲ ਨਾ ਰਹਿਣ ਦੇ ਤੂੰ ਹੋਰ ਸਿਆਪਾ ਪਾ ਦੇ ਹੁਣ ਸਿਆਪਾ ਤਾਂ ਹੁਣ ਪਊਗਾ ਉਹਦਾ ਰੌਲਾ ਤੀ ਜੇ ਮੇਰੇ ਨਾਲ ਤੀ ਬੇਬੇ ਨੇ ਕੀ ਮਤਲਬ ਤੀ ਵਾਹ ਮਰਾਉਣ ਦਾ ਬੇਬੇ ਦੀ ਰਹਿਣ ਦੇ ਸੁਖਪਾਲ ਚੁੱਪ ਕਰ ਜੋ ਹੁਣ ਤੂੰ ਨੀਟੇ ਨੂੰ ਕੁੱਟਿਆ ਈ ਉਹ ਮੈਨੂੰ ਕੁੱਟ ਗਈ ਐ ਤਾਂ ਕਿਵੇਂ ਕੁੱਟ ਗਈ ਬੇਬੇ ਹੁਣ ਐ ਉਹਨੂੰ ਕਿਵੇਂ ਛੱਡਦਾ ਉਹਦੀ ਪਮੇਰੀ ਬਣਾ ਕੇ ਛੱਡੂ ਮੈਂ ਤੂੰ ਦੇਖੀ ਚੱਲੀ ਤੂੰ ਆਰਾਮ ਨਾਲ ਟੇਕ ਕੇ ਬਹਿ ਜਾ ਸੁਖਪਾਲ ਕੋਈ ਨਾ ਤੂੰ ਮੈਨੂੰ ਐ ਦੱਸ ਤੂੰ ਮੇਰੇ ਨਾਲ ਜਾਣਾ ਹੈ ਕਿ ਨਹੀਂ ਨਾ ਨਾ ਮੈਂ ਨਹੀਂ ਜਾਂਦਾ ਹੈਗਾ ਨਾ ਤੈਨੂੰ ਜਾਣ ਦੇ ਮੈਂ ਰਹਿਣ ਦੇ ਤੂੰ ਰਹਿਣ ਦੇ ਸੁਖਪਾਲ ਕੋਈ ਨਾ ਪੁੱਤ ਆਪਾਂ ਜਲੂਸ ਨਹੀਂ ਕੱਢਣਾ ਹੋ ਗਿਆ ਸੋ ਹੋ ਗਿਆ ਉਹਨੂੰ ਬਣ ਜਾਂਦੇ ਵੱਡੀ ਭਲਵਾਨ ਮੇਰੀ ਬਾਹ ਮਰੋੜ ਕੇ ਬਹਿ ਜਾ ਪੁੱਤ ਬਹਿ ਜਾ
ਬੋਲ ਮੇਰੀ ਮਾਂ ਨੂੰ ਕਿਵੇਂ ਕੁੱਟ ਕੇ ਨਹੀਂ ਤੂੰ ਹਾਏ ਨਹੀਂ ਮਾਰਦੀ ਨਹੀਂ ਹਾਏ ਨਹੀਂ ਮਾਰਦੀ ਨਹੀਂ ਮਾਰਦੀ ਹਾਏ ਨਹੀਂ ਮਾਰਦੀ ਹੁਣ ਜਾ ਇੱਧਰ ਜਾ ਮਾਰਦੀ ਨਹੀਂ ਮਾਰਦੀ ਹੁਣ ਜਾ ਇੱਧਰ ਜਾਵੇਂਗੀ ਨਾ ਮੇਰੀ ਮਾਂ ਦੀ ਵਾਂਗ ਨਾ ਮਰੜ ਕੇ ਨਹੀਂ ਲੱਤ ਦੁਖਦੀ ਐ ਨਹੀਂ ਮਾਰ ਕੇ ਮਾਂ ਲੱਤ ਤੇ ਨਾ ਮਾਰ ਹਾਏ ਨਹੀਂ ਮਾਰਦੀ ਨਹੀਂ ਨਹੀਂ ਮਾਰਦੀ ਨਹੀਂ ਮਾਰਦੀ ਹਾਏ ਨਹੀਂ ਮਾਰਦੀ ਨਹੀਂ ਲੱਤ ਨਹੀਂ ਲੱਤ ਦੁਖਦੀ ਯਾਰ ਜਾ ਹੁਣ ਮੋੜ ਤੂੰ ਮੇਰੀ ਮਾਂ ਦੀ ਵਾਂਗ ਮਾਰਦੀ ਨਹੀਂ ਮਾਰਦੀ ਨਹੀਂ ਮਾਰਦੀ ਮੈਂ ਕੁੱਟੇਗੀ ਮੇਰੀ ਮਾਂ ਨੂੰ ਕੁੱਟ ਕੇ ਮੇਰੀ ਮਾਂ ਨੂੰ ਨਾ ਹੁਣ ਬੋਲ ਨਹੀਂ ਮੇਰੇ ਸੱਚ ਲੱਗੀ ਆ ਨਹੀਂ ਮੇਰੇ ਸੱਚ ਲੱਗੀ ਹੋਈ ਆ ਨਹੀਂ ਹੁਣ ਬੋਲ ਗਲਤੀ ਹੋ ਗਈ ਪੁੱਤ ਗਲਤੀ ਹੋ ਗਈ ਮੈਥੋਂ ਗਲਤੀ ਹੋ ਗਈ ਪੁੱਤ ਗਲਤੀ ਗਈ ਤੀ ਚੜ ਕੇ ਵੱਡੀ ਖੱਬੀ ਖਾਨਣੀ ਮੈਂ ਉਦੋਂ ਘਰੇ ਹੈ ਨਹੀਂ ਤੀ ਤੈਨੂੰ ਦਿਖਾਉਂਦੀ ਪੰਜੀ ਦਾ ਪਾਉਣਾ ਤੈਨ ਤਾਂ ਇੱਥੇ ਅੰਦਰ ਡਰੀ ਬੈਠੀ ਹੈ ਕਿ ਨਹੀਂ ਕਿਤੇ ਇਹਨੂੰ ਕੀ ਬੈਠੀ ਹੈ ਹਰਾਮਣ ਨਾ ਹੋਵੇ ਮੈਨੂੰ ਲੱਗਦਾ ਭਾਗੀ ਬੇਬੇ ਕੀ ਹੋ ਗਿਆ ਸੀ ਲੱਗਦਾ ਕੀ ਹੋ ਗਿਆ ਦਾ ਮੈਨੂੰ ਤਾਂ ਮਾਰ ਗਈ ਜਿਵੇਂ ਤੈਨੂੰ ਕੁੱਟਿਆ ਦੀ ਮੈਂ ਮੈਨੂੰ ਕੁੱਟ ਕੇ ਜੱਸੇ ਦੇ ਘਰ ਆਈ ਉਹਦੀ ਹਿੰਮਤ ਕਿਵੇਂ ਹੋਈ ਬੇਬੇ ਮੇਰੀ ਗੈਰ ਹਾਜ਼ਰੀ ਦਾ ਫਾਇਦਾ ਚੱਕੀ ਉਹ ਗੱਲ ਕਰ ਮੈਂ ਘਰੇ ਹੈ ਨਹੀਂ ਸੀ ਐਡੀ ਭੈੜੀ ਜਨਾਨੀ ਉਹਨੇ ਤਾਂ ਮੈਨੂੰ ਸੋਚਣ ਤੇ ਸੰਭਵ ਦਾ ਮੌਕਾ ਹੀ ਨਹੀਂ ਦਿੱਤਾ ਮੈਂ ਤਾਂ ਮੌਕਾ ਸਾਂਭ ਗਿਆ ਬੇ ਕਿਵੇਂ ਕੁਛ ਨਹੀਂ ਬੇਬੇ ਹੁਣ ਆਪਾਂ ਕਿਵੇਂ ਕਰੀਏ ਬੇ ਕਿਵੇਂ ਕੀ ਥਾਣੇ ਚੱਲ ਹਾਂ ਥਾਣੇ ਜਾ ਕੇ ਤਾਂ ਪਰਚਾ ਕਰਾਵਾਂਗੇ ਇਹਨਾਂ ਤੇ ਇਹ ਕੱਲੀ ਵੈਸਟ ਮਚਾਈ ਫਿਰਦੀ ਹੈ ਆ ਚੱਲੀਏ ਬੇਬੇ ਆ ਜਾ ਦੱਸ ਦੇ ਇਹਨਾਂ ਨੂੰ ਮੈਂ ਕੀ ਭਾਅ ਵਿਕਦੀ ਹੈ ਚੱਲ ਮੋਟਰਸਾਈਕਲ ਕੱਢ ਵੇ ਸੱਚ ਮੋਟਰਸਾਈਕਲ ਦਾ ਪੈਂਚਰ ਹੋਣਾ ਬੇਬੇ ਮੈਂ ਆਪਣਾ ਜੜ ਕੇ ਫੜ ਲਿਆਵਾਂ ਜਾ ਫੜ ਲਿਆ ਮੈਂ ਖੜੀ ਹਾਂ ਇੱਥੇ ਗੇਟ ਤੇ ਆ ਜਾ ਅੱਛਾ ਨਾ ਟਾਲੀ ਫਿਰ ਤੂੰ ਮੈਨੂੰ ਇੰਨੇ ਬਗੈਰ ਚੈਨ ਨਹੀਂ ਆਉਣਾ ਤੀ ਹੁਣ ਕਿੰਨਾ ਕੁ ਕੁੱਟਿਆ ਉਹਨੂੰ ਕੋਈ ਸੱਟ ਫੇਟ ਤਾਂ ਨਹੀਂ ਵੱਜੀ ਨਾ ਸੱਟ ਫੇਟ ਕਾਦੀ ਵੱਜਣੀ ਤੀ ਮੈਂ ਛਿੱਤਰਾਂ ਨਾਲ ਕੁੱਟਿਆ ਯਾ ਯਾਰ ਐਵੇਂ ਕੰਮ ਵਧਾਈ ਜਾਨੀ ਤੂੰ ਵੀ ਮੈਨੂੰ ਗੁੱਸਾ ਵਾ ਚੜਿਆ ਹੋਇਆ ਤੀ ਵੀ ਰੋਲਾ ਤੇਰਾ ਮੇਰੇ ਨਾਲ ਬੇਬੇ ਦੀ ਵਾਂਗ ਮੈਂ ਮਰੋੜ ਕੇ ਗਈ ਉਹ ਵੀ ਘਰੇ ਆ ਕੇ ਉਹ ਤਾਂ ਮੈਂ ਤੇਰੀ ਗੱਲ ਮੰਨਦੀ ਆ ਪੁੱਤਾਂ ਵੀ ਤੈਨੂੰ ਗੁੱਸਾ ਤੀ ਮੈਨੂੰ ਤਾਂ ਐ ਡਰ ਲੱਗਦਾ ਵੀ ਹੁਣ ਕੀ ਬਣੂ ਕੋਈ ਨਹੀਂ ਡਰ ਨਾ ਤੂੰ ਬੇਬੇ ਕੋਈ ਬੰਬ ਨਹੀਂ ਡਿੱਗਣ ਲੱਗਿਆ ਆਪਣੇ ਤੇ ਬਣਨਾ ਕੀ ਐ ਉਹ ਤਾਂ ਤੇਰੀ ਗੱਲ ਠੀਕ ਆ ਪੁੱਤ ਡਰੀ ਜੇ ਕਿਵੇਂ ਜਾਂਦੀ ਹੈਗਾ ਬੇ ਜੇ ਸੇ ਚਾਰਨੇ ਮੈਂਬਰ ਕੇ ਖੰਡ ਪਾੜ ਦੇ ਭੋਗ ਤੇ ਜਾਵੇਂਗਾ ਹਾਂ ਬੇਬੇ ਤੂੰ ਨਹੀਂ ਜਾਂਦੀ ਪੁੱਤ ਫਿਰ ਤਾਂ ਬਾਂਹ ਦੀ ਵਾਰੀ ਦੁਖੀ ਜਾਂਦੀ ਹੈ ਅੱਛਾ ਹਾਂ ਐਂ ਕਰੋ ਪਹਿਲਾਂ ਮੈਨੂੰ ਆਲੂ ਲੈ ਕੇ ਦੇ ਜਿਓ ਪਹਿਲਾਂ ਆਲੂ ਫੜਾ ਕੇ ਜਾਵਾਂ ਹਾਂ ਹਾਂ ਚੱਲ ਆ ਚੱਲਾਂ ਕਰ ਲੈਣਾ ਮੈਂ ਤਾਂ ਜਾਂਦਾ ਸੀਗਾ ਹੁਣ ਚੱਲ ਆ ਦੇ ਪੁੱਤ 2 ਮਿੰਟ ਲੱਗ ਫਿਰ ਬਗ ਜਨੂੰ ਭੋਗ ਤੇ ਟਾਈਮ ਲੱਗ ਜੂਗਾ ਚੱਲ ਦੇਖ ਲੈ ਵਿਆਹ ਕਰਕੇ ਇਕੱਠ ਬੈਠੇ ਦਾ ਭੋਗਾ ਨਾ ਲਿਆ ਦਨ ਹਾਂ ਆਲੂ ਲੈ ਦੇ ਪੈਸੇ ਤੁਸੀਂ ਚੱਕ ਲਓ ਮੇਰਾ ਬਟੂਆ ਕਾਹ ਚ ਪਾਵੇਂਗੀ ਪੁੱਤ ਆਲੂ ਚੱਲ ਮੇਥੇ ਚ ਪਾ ਲਈ ਫਿਰ ਚੱਲ ਹੁਣ ਲਿਆ ਦੂਗਾ ਫਿਰ ਮੈਂ ਭੋਗ ਤੇ ਟਾਈਮ ਲੱਗ ਜੂਗਾ ਹੋਰ ਖੰਡ ਪਾਠ ਕਰਾਇਆ ਨਾ ਵਿਆਹ ਤੇ ਉਹਨਾਂ ਨੇ ਹਾਂ ਇਕੱਠ ਵੱਟ ਸਾਗ ਪਿੱਛੇ ਕੀ ਥਾਣੇ ਚ ਫਿਰਦੇ ਨੇ ਇਹ ਤੂੰ ਤਾਂ ਕਾਹਨੂੰ ਕੁਛ ਕਰਿਆ ਦੋਨੇ ਮਾਂ ਪੁੱਤਾਂ ਨੂੰ ਤਾਂ ਜੁੱਤੀਆਂ ਨਾਲ ਖੜਕਾਤਾ ਤੈਂ ਹਜੇ ਕਹਿੰਦੀ ਮੈਂ ਕੁਛ ਕਰੇ ਨੀ ਚਲੋ ਹੁਣ ਸਰਪੰਚ ਕੋਲੇ ਚਲੋ ਬਣੀ ਐ ਕਰਿਆ ਨੀ ਆ ਫੜ ਆਲੂ ਲਫਾਫਾ ਪੱਟਿਆ ਹੋਇਆ ਚਲੋ ਫਿਰ ਹੁਣ ਦੇਖਦੇ ਕੀ ਹੋ ਮੈਡਮ ਜੀ ਮੈਂ ਕੱਪੜੇ ਬਦਲਣਾ ਲੈ ਕੱਪੜੇ ਬਦਲਣ ਦਾ ਰਹਾ ਆਈ ਬਾਗ ਚੱਲ ਕੱਪੜਿਆਂ ਨੂੰ ਉੱਥੇ 10 ਫੋਟੋਆਂ ਲਾਉਣੀਆਂ ਨੇ ਚੱਲ ਕਾਤਰ ਦੇ ਆਲੂ ਜੇ ਇੱਥੇ ਮੇਰਾ ਤਾਂ ਖੰਡ ਪਾਠ ਵਿੱਚ ਹੀ ਰਹਿ ਗਿਆ ਹੋਰ ਮੱਥਾ ਤਾਂ ਟੇਕ ਹੀ ਆਉਂਦਾ ਵੱਜ ਕੇ ਮੱਥਾ ਟੇਕ ਆਉਂਦਾ ਐ ਤੈਨੂੰ ਕੌਣ ਟੇਕੂਗਾ ਉੱਥੇ ਅਗਲੇ ਖੜੇ ਰਹਿਣਗੇ ਫੇਰ ਹੀ ਟੇਕ ਕੇ ਆਊਗਾ ਮੱਥਾ ਨਿਬੜ ਗਿਆ ਜਦੋਂ ਨਾ ਕਮਾਲ ਹੋ ਗਈ ਤੁਹਾਡੇ ਵਾਲੀ ਤੁਸੀਂ ਸਾਗ ਪਿੱਛੇ ਐਡੀ ਗੱਲ ਵਧਾ ਲਈ ਪੁਲਿਸ ਆਈ ਸੀਗੀ ਮੇਰੇ ਕੋਲੇ ਮੈਂ ਮੋੜਤਾ ਉਹਨਾਂ ਨੂੰ ਮੈਂ ਚੱਲ ਮੈਂ ਆਪੇ ਕਰਾ ਦੂੰਗਾ ਸਮਝੌਤਾ ਉਹਨਾਂ ਦਾ ਨਾ ਸਰਪੰਚ ਸਾਹਿਬ ਅਸੀਂ ਤਾਂ ਇਹਨਾਂ ਤੇ ਪਰਚਾ ਕਰਾਵਾਂਗੇ ਨਾਲੇ ਤਾਂ ਸਾਡਾ ਸਾਗ ਚੋਰੀ ਕਰ ਲਿਆ ਨਾਲੇ ਦੋਨੇ ਮਾਂ ਪੁੱਤਾਂ ਨੂੰ ਕੁੱਟਿਆ ਜੱਸੇ ਇਹ ਤਾਂ ਮਾੜੀ ਗੱਲ ਆ ਭਰਜਾਈ ਦੀ ਨਾ ਮੈਨੂੰ ਐਂ ਦੱਸੋ ਬਾਈ ਜੇ ਦੋ ਚੀਰਨੀਆਂ ਕਿਸੇ ਦੇ ਖੇਤ ਚੋਂ ਉੱਪਰ ਤੋੜ ਲੀਆਂ ਤਾਂ ਚੋਰੀ ਹੋ ਜਾਂਦੀ ਹੈ ਫਿਰ ਹੁਣ ਕੀ ਕਹਿ ਸਕਦੇ ਆ ਭਾਬੀ ਆਲੇ ਤਾਂ ਹੁਣ ਚੋਰੀ ਬਣਾਈ ਫਿਰਦੇ ਆ ਨਾ
ਨਾ ਸਾਨੂੰ ਕੁੱਟ ਕਟਾਈਏ ਤੱਕ ਜਾਣ ਦੀ ਕੀ ਲੋੜ ਸੀ ਮੈਂ ਇਹਦੀਆਂ ਬਹੁਤ ਮਿੰਤਾਂ ਕਰੀਆਂ ਬਾਈ ਮੈਂ ਕਿਹਾ ਸਾਗ ਦੇ ਤੂੰ ਪੈਸੇ ਲੈ ਲਈ ਨਾ ਇਹਨੇ ਮੇਰੀ ਇੱਕ ਨਹੀਂ ਸੁਣੀ ਕਹਿੰਦਾ ਸਾਗ ਇੱਥੇ ਹੀ ਰੱਖ ਕੇ ਜਾ ਜੇ ਨਾ ਤੋੜੇ ਉਹ ਨੀਟੇ ਯਾਰ ਤੂੰ ਪੈਸੇ ਲੈ ਲੈਂਦਾ ਕਿੱਡੀ ਗੱਲ ਸੀ ਦੱਸ ਓ ਨਹੀਂ ਸਰਪੰਚ ਸਾਹਿਬ ਜਦੋਂ ਮੈਂ ਚੋਰੀ ਕਰਦੀ ਨੂੰ ਸਾਗ ਤੋੜਦੀ ਨੂੰ ਫੜ ਲਿਆ ਉਸ ਤੋਂ ਬਾਅਦ ਆਖਿਆ ਨੇ ਕਹਿੰਦੀ ਮੈਥੋਂ ਪੈਸੇ ਲੈ ਲੈ ਭਾਈ ਘਰੋਂ ਫੜ ਲਈ ਪੈਸੇ ਮੈਂ ਪੈਸੇ ਪੂਸੇ ਨਹੀਂ ਲੈਣੇ ਮੇਰਾ ਸਾਗ ਰੱਖ ਕੇ ਜਾ ਉਰੇ ਫਿਰ ਮੈਂ ਪੈਸੇ ਨਹੀਂ ਲਏ ਪੈਸੇ ਤਾਂ ਮੈਂ ਤਾਂ ਲੈਂਦਾ ਜੇ ਇਹਨੇ ਮੈਨੂੰ ਪੁੱਛ ਕੇ ਸਾਗ ਤੋੜਿਆ ਹੁੰਦਾ ਚੋਰੀ ਤਾਂ ਮੰਡੀ ਪਈ ਤੀ ਜੇ ਤੂੰ ਇਹਨੂੰ ਦਿਸਦਾ ਪਤੰਦਰਾ ਫੇਰ ਹੀ ਪੁੱਛਦੀ ਭਾਈਚਾਰਾ ਬਣਾ ਕੇ ਰੱਖੀਦਾ ਹੁੰਦਾ ਸਾਗ ਵਾਲੀ ਕਿੱਡੀ ਕੁ ਗਲਤੀ ਤੂੰ ਇਹਨੂੰ ਚੋਰ ਨਹੀਂ ਕਹਿਣ ਲੱਗ ਗਿਆ ਥਾਣੇਦਾਰ ਨੂੰ ਵੀ ਇਹਨਾਂ ਨੇ ਇਹ ਲਿਖਾਇਆ ਵੀ ਸਾਡਾ ਸਾਗ ਚੋਰੀ ਕਰਦੀ ਸੀ ਅਸੀਂ ਉੱਤੋਂ ਫੜ ਲਈ ਲਿਖਾਉਣਾ ਤੀ ਹੱਕ ਤੀ ਮੇਰਾ ਯਾਰ ਕਮਾਲ ਕਰਦੇ ਤੁਸੀਂ ਯਾਰ ਆ ਗੱਲਾਂ ਕਰਕੇ ਤਾਂ ਭਾਈ ਇਹਨਾਂ ਨੇ ਕੁੱਟ ਖਾਧੀ ਹੈ ਮੇਰੇ ਤੋਂ ਪਰ ਸਾਗ ਦੀ ਕਾਹਦੀ ਚੋਰੀ ਹੁੰਦੀ ਹੈ ਦੇਖਿਆ ਸਰਪੰਚ ਸਾਹਿਬ ਕਿਵੇਂ ਬੋਲਦੀ ਹੈ ਤੁਹਾਡੇ ਸਾਹਮਣੇ ਵੀ ਐਂ ਬੋਲਦੀ ਹੈ ਹੜਦੀ ਨਹੀਂ ਹੈਗੀ ਅਜੇ ਚੱਲ ਚੁੱਪ ਕਰ ਸੁਪਾਲ ਸਰਪੰਚ ਸਾਹਿਬ ਇਹ ਮਸਲੇ ਦਾ ਹੱਲ ਕਰੋ ਕੋਈ ਮਸਲਾ ਤਾਂ ਨਿਬੇੜਨਾ ਹੀ ਪਊਗਾ ਅਸੀਂ ਤਾਂ ਸਾਗ ਦੇ ਪੈਸੇ ਭਰਨ ਨੂੰ ਤਿਆਰ ਹਾਂ ਮਸਲਾ ਤਾਂ ਫਿਰ ਨਿਬੇੜਨਾ ਹੀ ਪਊਗਾ ਤੂੰ ਦੱਸਦਾ ਹੀ ਕਿਵੇਂ ਕਰੀਏ ਮੈਂ ਤਾਂ ਸਰਪੰਚ ਸਾਹਿਬ ਇਹਨਾਂ ਤੇ ਪਰਚਾ ਕਰਾਉਂ ਹੁਣ ਗੱਲ ਨਿਬੇੜਨ ਵਾਲੀ ਤਾਂ ਗੱਲ ਰਹੀ ਨਹੀਂ ਸਾਨੂੰ ਤਾਂ ਦੋਨਾਂ ਨੂੰ ਬਾਰੋ ਬਾਰੀ ਕੁੱਟਿਆ ਬਾਰੋ ਬਾਰੀ ਕੁੱਟ ਖਾਣਾ ਹੀ ਕਰਤੂਤ ਤੇ ਸੋਢੀ ਤਾਂ ਹੀ ਕੁੱਟ ਖਾਧੀ ਹੈ ਆ ਦੇਖ ਲਓ ਸਰਪੰਚ ਸਾਹਿਬ ਹਜੇ ਕਿਹੜਾ ਹੜਦੀ ਹੈ ਤੂੰ ਹੜਦੀ ਹੈ ਕਿ ਨਹੀਂ ਸੁਪਾਲ ਗਲਤ ਗੱਲ ਆ ਭਾਬੀ ਆਪਾਂ ਗੱਲ ਨਿਬੇੜਨ ਵਾਲੇ ਪਾਸੇ ਤੁਰਨਾ ਸਾਡੇ ਖੇਤ ਹੈਗਾ ਦੀ ਬਾਈ ਪੱਤਰੇ ਆ ਸਾਗ ਮੈਂ ਆਖਿਆ ਚੱਲ ਤਾਈ ਭਾਜ ਨੂੰ ਤੋੜ ਲੈਣੀ ਆ ਮੈਂ ਇਹਨੂੰ ਤਾਈ ਸਮਝ ਕੇ ਮਾਨ ਨਾਲੇ ਇਹਨਾਂ ਦੇ ਖੇਤ 'ਚ ਬੜੀ ਬਾਈ ਉਹ ਇਹਦਾ ਨਹੀਂ ਸੀ ਇਹਨਾਂ ਦੇ ਖੇਤ 'ਚ ਗਈ ਮੈਂ ਸਾਗ ਤੋੜਨ ਇਹ ਮੈਨੂੰ ਉੱਤੋਂ ਚੋਰ ਨਹੀਂ ਬਣਾਉਂਦੇ ਨੇ ਦੇਖ ਉੱਟ ਕੇ ਵੀ ਤੂੰ ਮੈਨੂੰ ਮਾਨ ਨਾਲ ਗਈ ਸੀ ਹੈਨਾ ਲੈ ਸਰਪੰਚਾ ਤੂੰ ਵੀ ਹੱਸੀ ਜਾਂਦਾ ਤੁਸੀਂ ਗੱਲ ਹੀ ਹੱਸਣ ਵਾਲੀ ਕਰੀ ਹੈ ਜੀ ਮੇਰੀ ਕਾਕਾ ਇਹ ਬਿਨਾਂ ਵਜ੍ਹਾ ਤਾਂ ਬਾਂਹ ਮਰੋੜ ਕੇ ਗਈ ਆ ਘਰੇ ਨਾਲੇ ਮੈਂ ਇਹਨੂੰ ਕਹੀ ਗਈ ਹਾਂ ਮੈਂ ਸੁਖਪਾਲ ਦੇ ਵੰਡੇ ਦੀ ਮੈਂ ਮਾਫੀ ਮੰਗਦੀ ਹਾਂ ਬੋਲਣੇ ਨਹੀਂ ਹਟੀ ਬੋਲਣੇ ਨਹੀਂ ਹਟੀ ਕਿਉਂ ਬੋਲਣਾ ਹਟਦੀ ਮੇਰੇ ਮੁੰਡੇ ਨੂੰ ਤਾਂ ਉਹਨੇ ਚੱਪਲਾਂ ਨਾਲ ਕੁੱਟਿਆ ਖੇਤ ਤੈਨੂੰ ਪਤਾ ਕਿੰਨੀ ਬੇਇੱਜ਼ਤੀ ਹੋਈ ਹੋਊਗੀ ਨਹੀਂ ਬੇਬੇ ਬੇਇੱਜ਼ਤੀ ਤੇਰੀ ਵੀ ਹੋਈ ਹੈ ਤੈਨੂੰ ਘਰੇ ਆ ਕੁੱਟ ਕੇ ਗਈ ਹੈ ਚੁੱਪ ਨਹੀਂ ਕਰਾਂ ਜਾਂਦਾ ਤੇਥੋਂ ਜੁੱਤੀ ਮਾਰੋ ਸਿਰ ਤੇ ਆ ਕੇ ਮੈਂ ਤਾਂ ਸਵੇ ਇੱਕੀ ਗੱਲ ਕਰਦਾ ਬੇਬੇ ਵੀ ਆਪਣੇ ਦੋਨਾਂ ਦੀ ਬੇਇੱਜ਼ਤੀ ਕਰੀ ਆ ਵੀ ਸਰਪੰਚ ਨੂੰ ਵੀ ਪਤਾ ਲੱਗੇ ਹਾਂ ਮੇਰੀ ਗੱਲ ਸੁਣੋ ਸਰਪੰਚ ਸਾਹਿਬ ਅਸੀਂ ਕੋਈ ਰਾਜ਼ੀਨਾਮਾ ਨਹੀਂ ਕਰਨਾ ਅਸੀਂ ਤਾਂ ਇਹਨਾਂ ਦਾ ਪਰਚਾ ਕਰਾਉਣਾ ਹੀ ਕਰਾਉਣਾ ਮੇਰੀ ਗੱਲ ਸੁਣ ਤਾਈ ਐ ਨਹੀਂ ਕਰਦੇ ਹੁੰਦੇ ਮੈਂ ਪੁਲਿਸ ਵਾਲਿਆਂ ਨੂੰ ਵੀ ਕਹਿਤਾ ਵੀ ਮੈਂ ਆਪੀ ਕਰਾ ਦੂੰ ਰਾਜ਼ੀਨਾਮਾ ਤੁਸੀਂ ਮੇਰਾ ਵੀ ਮੂੰਹ ਮੱਥਾ ਰੱਖੋ ਕਈ ਰਾਜ਼ੀਨਾਮਾ ਤੁਹਾਨੂੰ ਕਰਨਾ ਪਊਗਾ ਦੇਖ ਸਰਪੰਚਾ ਮੈਂ ਇੱਕ ਗੱਲ 'ਤੇ ਰਾਜ਼ੀਨਾਮਾ ਕਰੂੰਗੀ ਨਾਲੇ ਤਾਂ ਮੇਰੇ ਪੈਰੇ ਹੱਥ ਲਾ ਕੇ ਸੁਖਪਾਲ ਮਾਫੀ ਮੰਗੇ ਨਾਲੇ ਜਿਹੜੀ ਸਾਡੀ ਬੇਇੱਜ਼ਤੀ ਕਰੀ ਉਹ ਤਾਂ ਹਰਜਾਨਾ ਭਰੇ ਪੈਰੀ ਹੱਥ ਦੀ ਗੱਲ ਨਹੀਂ ਹੁੰਦੀ ਤਾਈ ਵੈਸੇ ਤਾਂ ਇੱਥੋਂ ਮਾਫੀ ਮੰਗ ਲੈਂਦੀ ਆ ਭਰਜਾਈ ਹਰਜਾਨਾ ਦੱਸੋ ਕੀ ਲਾਈਏ ਇਹਨਾਂ ਨੂੰ ਹਾਂ ਦੱਸੋ ਅਸੀਂ ਤਾਂ ਹਰਜਾਨਾ ਭਰਨ ਨੂੰ ਤਿਆਰ ਹਾਂ ਗੱਲ ਨਿਬੇੜੀ ਆਪਾਂ ਤਾਂ ਗੱਲ ਤਾਂ ਫੇਰ ਹੀ ਨਿਬੜੂ ਸੁਖਪਾਲ ਨੂੰ ਮੇਰੇ ਪੈਰੀ ਹੱਥ ਤਾਂ ਲਾਉਣੇ ਹੀ ਪੈਣਗੇ ਨਾ ਪੈਰੀ ਹੱਥ ਤਾਂ ਕਿਸੇ ਹਾਲਤ 'ਚ ਵੀ ਲਾਉਂਦੀ ਚੱਲ ਮੈਂ ਸਰਪੰਚ ਦੀ ਮੋੜਦੀ ਨਹੀਂ ਹੈਗੀ ਮੈਂ ਮਾਫੀ ਮੰਗ ਲੈਂਦੇ ਤੂੰ ਬਸ ਠੀਕ ਆ ਤਾਈ ਮਾਫੀ ਇਹ ਮੰਗ ਲੈਂਦੇ ਆ ਤੇ ਹਰਜਾਨਾ ਭਰਦੇ ਆ ਗੱਲ ਖਤਮ ਕਰੋ ਪਰ ਨਾ 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 ਪੈਰੇ ਹੱਥ ਤਾਂ ਮੈਂ ਲਵਾਉਂਗੀ ਪੈਰੀ ਹੱਥ ਮੇਰੀ ਲਾਉਂਦੀ ਦੇਖ ਲਾ ਤਾਈ ਹੁਣ ਤੂੰ ਮੇਰੀ ਗੱਲ ਨਹੀਂ ਮੰਨ ਰਹੀ ਮੇਰੀ ਗੱਲ ਸੁਣ ਸਰਪੰਚ ਸਾਹਿਬ ਤੂੰ ਬਾਹਰ ਹੋ ਜਾ ਇਸ ਗੱਲ ਤੋਂ ਮੈਂ ਤਾਂ ਇਹਨਾਂ ਤੇ ਪਰਚਾ ਕਰਾਉਣਾ ਹੀ ਕਰਾਉਣਾ ਬਸ ਠੀਕ ਹੈ ਫਿਰ ਗੱਲ ਖਤਮ ਹੈ ਤੁਸੀਂ ਕਰਾ ਲਓ ਪਰਚਾ ਜਿਹੜਾ ਕਰਾਉਣਾ ਇਹਨਾਂ ਤੇ ਮੈਂ ਤਾਂ ਇਸ ਮਸਲੇ ਤੋਂ ਬਾਹਰ ਹੀ ਹਾਂ ਚੱਲ ਠੀਕ ਹੈ ਜੇ ਸਾਡੇ 'ਚ ਦਮ ਹੋਇਆ ਤਾਂ ਕਰਾ ਲਾਂਗੇ ਤੈਂ ਤਾਂ ਇਹ ਪੱਖਬਾਜ਼ੀਆਂ 'ਚ ਪਹਿਲਾਂ ਸਾਡੇ ਕੁਰਸੀ ਦੀ ਧਰੀ ਵਾਰ ਕੇ ਹੁਣ ਤਾਂ ਤੂੰ ਸਾਡਾ ਕੀ ਨਿਬੇੜ ਦੇਗਾ ਕਰਦਾ ਪੱਖਬਾਜ਼ੀਆਂ ਪੂਰੀਆਂ ਕੋਈ ਗੱਲ ਨਹੀਂ ਦੱਸ ਦਾਂਗੇ ਪਰ ਇਹਨੂੰ ਦੇਖ ਲੈ ਸਰਪੰਚ ਸਾਹਿਬ ਅਸੀਂ ਤਾਂ ਹੁਣ ਮਾਫੀ ਮੰਗਣ ਨੂੰ ਵੀ ਤਿਆਰ ਤੀ ਹਰਜਾਨਾ ਭਰਨ ਨੂੰ ਵੀ ਤਿਆਰ ਤੀ ਤੁਹਾਡੇ ਸਾਹਮਣੇ ਹੈ ਹਾਂ ਹਾਂ ਤੁਸੀਂ ਤਾਂ ਮੇਰਾ ਮਾਨ ਰੱਖਿਆ ਹੈ ਕੋਈ ਨਹੀਂ ਕਰਾ ਲੈਂਦੇ ਇਹਨਾਂ ਨੂੰ ਪਰਚਾ ਮੈਂ ਵੀ ਦੇਖਦਾ ਮੇਰੇ ਉੱਤੋਂ ਦੀ ਹੋ ਕੇ ਕਿਵੇਂ ਕਰਾਉਂਦੇ ਆ ਮੈਂ SHO ਨੂੰ ਕਹਿ ਦਿੰਦਾ ਤੁਹਾਡੀ ਕੋਈ ਹਵਾ ਕਣੀ ਵੀ ਨਹੀਂ ਚੱਕਦਾ ਤੁਸੀਂ ਮੌਜ ਨਾਲ ਆਪਦਾ ਕੰਮ ਕਰੋ ਕੋਈ ਪਰਚਾ ਨਹੀਂ ਹੁੰਦਾ ਤੁਹਾਡੇ 'ਤੇ ਤੁਹਾਨੂੰ ਪੁਲਿਸ ਬੁਲਾਉਂਦੀ ਵੀ ਨਹੀਂ ਠੀਕ ਹੈ ਬਾਈ ਦੇਖ ਲੈ ਬੇਬੇ ਆਪਾਂ ਉਹਨਾਂ ਦਾ ਕੁਛ ਨਹੀਂ ਵਿਗਾੜ ਸਕੇ ਉਹਦੇ ਤੇ ਇੱਥੋਂ ਚੰਗੀ ਭਲੀ ਮਾਫੀ ਮੰਗਦੀ ਸੀ ਉਹ ਨਾਲੇ ਹਰਜਾਨਾ ਭਰਦੀ ਸੀ ਤੂੰ ਬੇਬੇ ਐਵੇਂ ਆਕੜ ਗਈ ਅੱਗੇ ਪੈਰੀ ਇੱਥੇ ਲਵਾਉਣੇ ਪੈਰੀ ਇੱਥੇ ਲਵਾਉਣੇ ਬੇ ਮੈਨੂੰ ਐ ਲੱਗਦਾ ਮਰ ਜਾਣੇ ਨੇ ਸਰਪੰਚ ਨੇ ਥਾਣੇ ਵਾਲਿਆਂ ਨੂੰ ਰੋਕਿਆ ਹੋਇਆ ਇਹ ਸਰਪੰਚ ਦੀ ਹੈ ਸਾਰੀ ਕਾਰਸਤਾਨੀ ਹਾਂ ਹਾਂ ਉਸ ਨੇ ਰੋਕਿਆ ਹੋਊਗਾ ਸਰਪੰਚ ਨੇ ਪਰ ਸਰਪੰਚ ਦੀ ਆਪਾਂ ਗੱਲ ਵੀ ਨਹੀਂ ਮੰਨੀ ਆਪਾਂ ਨੂੰ ਸਰਪੰਚ ਦਾ ਬੇਬੇ ਮੂੰਹ ਮੱਥਾ ਰੱਖਣਾ ਚਾਹੀਦਾ ਸੀ ਅੱਗੇ ਪਿੱਛੇ ਕੋਈ ਕੰਮ ਪੈ ਜਾਂਦਾ
ਆਪਣਾ ਸਰਪੰਚ ਨੂੰ ਵੀ ਰਸਾ ਬੈਠੇ ਵੇ ਹਾਂ ਤਾਂ ਹੀ ਸਰਪੰਚ ਨੇ ਆਪਣੇ ਬਾਰ ਚ ਕੁਰਸੀ ਨਹੀਂ ਦਈ ਹੁਣ ਸਰਪੰਚ ਨੂੰ ਕਹਿਣਾ ਪਊਗਾ ਵੀ ਜਿਵੇਂ ਤੇਰਾ ਜੀ ਕਰਦਾ ਹੈ ਓਵੇਂ ਜਿਵੇਂ ਨਿਮੇੜ ਦੇ ਪਰ ਪੈਸੇ ਦਵਾ ਦੇ ਸਾਨੂੰ ਹਾਂ ਬੇਬੇ ਹੁਣ ਤਾਂ ਸਰਪੰਚ ਨੂੰ ਆਈ ਕਹਿਣਾ ਲੱਗੂਗਾ ਵੀ ਸਾਡਾ ਭਾਈ ਨਿਮੇੜ ਦੇ ਕਹਾਂਗੇ ਫਿਰ ਉਸੇ ਨੂੰ ਕਹਾਂਗੇ ਹੁਣ ਹੋਰ ਤਾਂ ਕੋਈ ਬਾਹ ਚੱਲਦੀ ਨਹੀਂ ਲੈ ਤਾਈ ਤੁਹਾਨੂੰ 5000 ਰੁਪਏ ਦੇ ਦਿੱਤਾ ਨਾ ਇਹਨਾਂ ਨੇ ਹਾਂ ਉਹ ਤਾਂ ਦੇਤਾ ਮਾੜਾ ਜਿਹਾ ਹੁਣ ਐ ਤੀ ਨਾ ਮਾਫੀ ਵੀ ਮੰਗਵਾ ਦਿੰਦੇ ਮਾੜਾ ਜਿਹਾ ਮੂੰਹ ਬੋਲ ਕੇ ਤਾਈ ਹੁਣ ਇਹ ਅੜ ਗਏ ਇਹ ਕਹਿੰਦੇ ਮਾਫੀ ਨਹੀਂ ਮੰਗਣੀ ਉਦੋਂ ਮੌਕਾ ਸੀ ਤੁਹਾਡੇ ਕੋਲੇ ਚੱਲ ਬੇਬੇ ਕੀ ਲੈਣਾ ਮਾਫੀ ਤੋਂ 5000 ਰੁਪਏ ਤਾਂ ਮਿਲ ਗਿਆ ਆਪਾਂ ਨੂੰ ਪੈਸੇ ਤਾਂ ਬਾਈ ਮੈਂ ਉਹਦੇ ਵੀ ਦੇਣ ਨੂੰ ਤਿਆਰ ਸੀ ਜੇ ਤੂੰ ਮੰਨ ਜਾਂਦਾ ਐਡੀ ਗੱਲ ਹੀ ਨਹੀਂ ਵੱਧਦੀ ਤੀ ਉਦੋਂ ਕਿਵੇਂ ਮੰਨ ਜਾਂਦੇ ਭਾਈ ਉਦੋਂ ਤਾਂ ਸਾਗ ਦੇ 20-30 ਰੁਪਏ ਮਿਲਨੇ ਸੀ ਅੱਜ ਇਹਨਾਂ ਸਾਗ 5000 ਰੁਪਏ ਦਾ ਵਿਕ ਗਿਆ ਜਾਵੇ ਸਰਪੰਚਾ ਬਹਿ ਜਾ ਟਿੱਕੇ ਜਿਹੜਾ ਸਾਨੂੰ ਕੁੱਟਿਆ ਉਹਦਾ ਸੇਕ ਦਿੱਤਾ ਇਹਨਾਂ ਨੂੰ ਕੁਛ ਵੀ ਹੈ ਤਾਈ ਮੈਨੂੰ ਤਾਂ ਸਾਗ 5000 ਰੁਪਏ ਦਾ ਪੈ ਗਿਆ ਮੈਂ ਹੀ ਕਹਦੀਗਾ ਮੇਰੇ ਜੀ ਕਰਦਾ ਸਾਗ ਨੂੰ ਚੱਲ ਕੁਛ ਵੀ ਹੈ ਭਰਾਵਾ ਹੁਣ ਨਾ ਸਾਗ ਬਣਾਉਣ ਦੀ ਸੋਚੀ ਜਮਾਂ ਵੀ ਨਹੀਂ ਸੋਚਦਾ ਬਾਈ ਨਾ ਕਾਕਾ ਤਾਂ ਮੂੰਗੀ ਖਾ ਲਿਆ ਕਰਾਂਗੇ ਨਾ ਨਾ ਹੋਰ ਸੁਖਪਾਲ ਪੁੱਤ ਸਬਜ਼ੀ ਕਾਹਦੀ ਕਰੇਂਗੀ ਅੱਜ ਸੁਨੇਹਾ ਇੰਤਜ਼ਾਮ ਕਰ ਕੋਈ ਬੇਬੇ ਹੈ ਨਹੀਂ ਤੀ ਕੋਈ ਸਬਜ਼ੀ ਤਾਂ ਮੈਂ ਤਾਂ ਇਹ ਕਹਿੰਦੀ ਵੀ ਸਾਗ ਹੀ ਨਾ ਭੱਜ ਕੇ ਤੋੜ ਲੈਵਾਂ ਮੇਰਾ ਜੇਟਾ ਹੈ ਤੇਰੇ ਸਾਗ ਤੋਂ ਸਾਬਤੀ ਮੂੰਗੀ ਕਰ ਲੈ ਉਹੀ ਵਧੀਆ ਆਪਾਂ ਤਾਂ ਮੂੰਗੀ ਖਾ ਲਾਂਗੇ ਬਖਸ਼ੋ ਬਖਸ਼ੋ ਉਹ ਹਰ ਸਾਗ ਨੇ ਤਾਂ ਇੰਨਾ ਕੁਛ ਕਰਾਤਾ ਵੀ ਲੈ ਹੁਣ ਆਪਾਂ ਸਾਗ ਨਹੀਂ ਖਾਂਦੇ ਤੂੰ ਮੁੜ ਕੇ ਨਾ ਨਾ ਮੈਂ ਤਾਂ ਨਹੀਂ ਖਾਂਦਾ ਮੁੜ ਕੇ ਨਾ ਆਪਾਂ ਨਹੀਂ ਖਾਂਦੇ ਕੰਨਾਂ ਨੂੰ ਹੱਥ ਲਾ ਦੇ ਲੈ ਹੁਣ ਤਾਂ ਨਹੀਂ ਭਾਜਣ ਤਾਈ ਕੋ ਤੋੜ ਕੇ ਲਿਆਉਂਦੀ ਆਪਣੇ ਲਿਆਉਂਗੀ ਅਸੀਂ ਤਾਂ ਆਪੀ ਲਿਆ ਦਾਂਗੇ ਤੈਨੂੰ ਘਰੇ ਬੈਠੀ ਰਹਿ ਮੌਜ ਨਾਲ ਮੈਂ ਨਹੀਂ ਸ਼ੌਂਕ ਹੈ ਸਾਗ ਤੋੜਨ ਦਾ ਨਾ 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 ਰਹਿਣ ਦੇ ਆ ਜਾ ਬੇਬੇ ਇੱਥੇ ਬੈਠੀ ਤੂੰ ਹਾਂਜੀ ਸਤਿ ਸ਼੍ਰੀ ਅਕਾਲ ਸਲਾਮ ਅਦਾਬ ਨਮਸਕਾਰ ਤੁਸੀਂ ਜੁੜੇ ਹੋ ਪੇਂਡੂ ਵਿਰਸਾ ਦੇ ਨਾਲ ਹੁਣ ਵਾਰੀ ਆ ਤੁਹਾਡੀ ਸਭ ਤੋਂ ਪਹਿਲਾਂ ਤਾਂ ਸਾਡੀ ਪੇਂਡੂ ਵਿਰਸਾ ਟੀਮ ਵੱਲੋਂ ਹੈਪੀ ਬਰਥਡੇ ਕਹਿੰਦੇ ਅਸੀਂ ਫਤਿਹ ਚਹਿਲ ਨੂੰ ਆਰਤੀ ਸੇਤੀਆ ਰਿਪਨ ਸਿੰਘ ਗੁਰਨਾਮ ਸਿੰਘ ਧਰਮਪੁਰਾ ਵੰਦਨਾ ਰਾਜਵੀਰ ਸਹਿਜਪ੍ਰੀਤ USA ਅਨਰੀਤ ਗਿੱਲ ਰਾਜਪੁਰਾ ਫਾਤਮਾ ਪਾਕਿਸਤਾਨ ਕਾਂਤਾ ਪਟੇਚਾ ਗੁਰਚਰਨ ਚੌਹਾਨ ਆਕਾਸ਼ਪ੍ਰੀਤ ਮਾਨ ਸੁਵਿੰਦਰ ਸਿੰਘ ਕੈਨੇਡਾ ਗੁਰਮਨਜੀਤ ਸਿੰਘ ਕੁਲਹਿਰੀ ਕੁਲਵੰਤ ਕੌਰ ਗਰੇਵਾਲ ਗੁਰਵਿੰਦਰ ਸਿੱਧੂ ਗਿੱਦੜਵਾਹਾ ਅਤੇ ਰਵੀਨਾ ਬਰੇਲਕੋਟਲਾ ਸੇਮੀ ਦੋਧੀ ਛਾਪਿਆਂ ਵਾਲੀ ਸ਼ੁਕਰੀਆ ਜੀ ਮਿਹਰਬਾਨੀ ਜਿਹੜਾ ਸਾਨੂੰ ਤੁਸੀਂ ਐਪਰੀਸ਼ੀਏਟ ਕੀਤਾ ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਅਤੇ ਦੇਖਦੇ ਰਹੋ ਪੇਂਡੂ ਵਿਰਸਾ ਹਾਂਜੀ ਬਾਈ ਜੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਆ ਕਰੋ ਸਾਰੇ ਕਿਤੇ ਪਹੁੰਚਾ ਦਿਆ ਕਰੋ ਨਾਲੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ